ਵਾਹਿਗੁਰੂ ਵਾਹਿਗੁਰੂ। ਸਤਿਗੁਰਾਂ ਨੇ ਅੱਜ ਜੋ ਪਵਿੱਤਰ ਬਚਨ ਉਚਾਰਨ ਕੀਤੇ ਨੇ, ਇਹ ਛੰਦ ਮੱਧ ਭਾਰ ਛੰਦ ਆਪਾਂ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇਸ ਛੰਦ ਦੀ ਵਰਤੋਂ, ਜਾਂ ਇਉਂ ਕਹਿ ਲਾਂ ਇਸ ਛੰਦ ਵਿੱਚ ਸਤਿਗੁਰਾਂ ਨੇ ਦੋ ਵਾਰ ਪਵਿੱਤਰ ਬਚਨ ਉਚਾਰਨ ਕੀਤੇ ਨੇ। ਹਜ਼ੂਰ ਇਸ ਛੰਦ ਦਾ ਜ਼ਿਕਰ ਕਰਕੇ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਤਵੈ ਪ੍ਰਸਾਦ। ਕੱਲ੍ਹ ਜਦੋਂ ਸ਼ੁਰੂਆਤ ਕੀਤੀ ਸੀ ਉੱਥੇ ਸਤਿਗੁਰਾਂ ਨੇ ਬਚਨ ਕੀਤੇ ਸਨ, ਤੇਰਾ ਜੋਰ ਚਾਚਰੀ ਛੰਦ, ਅਤੇ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹ ਇੰਨੀ ਨਿਰਮਾਣਤਾ 'ਚ ਇੰਨੇ ਸੱਚੀ ਲੋਭੀ ਭਾਵਨਾ ਵਿੱਚ ਭਿੱਜੇ, ਇੰਨੀਆਂ ਭਾਸ਼ਾਵਾਂ ਦੇ ਗਿਆਤਾ ਹੋਣ ਦੇ ਬਾਵਜੂਦ ਵੀ ਕਿਤੇ ਨਹੀਂ ਕਹਿ ਰਹੇ ਵੀ ਅਸੀਂ ਕੁਛ ਕਹਿ ਰਹੇ ਹਾਂ, ਬਸ ਇੱਕੋ ਗੱਲ ਹੈ ਤੁਹਾਡੀ ਕਿਰਪਾ। ਤੇਰਾ ਜ਼ੋਰ ਦਾ ਅਰਥ ਹੈ ਸਾਡੀ ਕੋਈ ਸ਼ਕਤੀ ਨਹੀਂ, ਕੋਈ ਬਲ ਨਹੀਂ, ਆਪ ਜੀ ਦੀ ਤਾਕਤ ਨਾਲ ਮੈਂ ਬੋਲਣ ਲੱਗਾ ਵਾਂ। ਇਸੇ ਕਰਕੇ ਸਤਿਗੁਰਾਂ ਨੇ ਜਦੋਂ ਆਪਣੇ ਲਈ ਸ਼ਬਦ ਵਰਤੇ ਨਾ, ਸੱਚ ਇਹ ਵੇ ਇੱਥੋਂ ਤੱਕ ਦਸਮ ਦੀ ਬਾਣੀ ਵਿੱਚ ਜਿਵੇਂ ਅਕਾਲ ਪੁਰਖ ਵਾਚ ਇਸ ਕੀਟ ਪ੍ਰਾਥ, ਵਾਹਿਗੁਰੂ ਆਹ ਸ਼ਬਦ ਸੁਣਨ ਵਾਲੇ ਨੇ ਆਪਣੇ ਆਪ ਨੂੰ ਇੰਨੀ ਨਿਮਰਤਾ 'ਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੋਲ ਨੇ ਇਸ ਕੀਟ ਦੇ ਪ੍ਰਾਥ, ਆਪਣੇ ਆਪ ਲਈ ਸ਼ਬਦ ਕੀ ਵਰਤੇ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਉਸ ਪਰਮ ਪੁਰਖ ਪਰਮਾਤਮਾ ਜੀ ਦਾ ਮੈਂ ਦਾਸ ਹਾਂ ਅਤੇ ਇਸ ਜਗਤ ਦੇ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ ਹਾਂ ਅਤੇ ਇਸ ਤਮਾਸ਼ੇ ਨੂੰ ਮੈਂ ਵੇਖਣ ਆਇਆ ਹਾਂ। ਅਤੇ ਸੱਚ ਇਹ ਵੇ ਅਸੀਂ ਕੱਲ੍ਹ ਜਿਵੇਂ ਪੜ੍ਹ ਰਹੇ ਸਾਂ ਏਕ ਰੂਪ ਅਨੇਕ ਦਰਸ਼ਨ, ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਅਨੇਕ ਦਰਸ਼ਨ ਨੇ, ਇੱਕ ਰੂਪ ਨੇ। ਥੋੜ੍ਹੀ ਜਿਹੀ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ, ਉਂਝ ਜੇ ਕਦੀ ਸਮਾਂ ਬਣਿਆ ਸਤਿਗੁਰੂ ਮਿਹਰ ਕਰੇ ਜ਼ਿੰਦਗੀ ਦੇ ਦਿਨ ਬਖਸ਼ੇ। ਮੇਰੀ ਇਹ ਵੀ ਤੀਬਰ ਇੱਛਾ ਹੈ ਕਿ ਜਿਹੜੀ ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕੀਤੀ ਹੈ ਨਾ ਗੰਜਨਾਮਾ, ਉਹਦੀ ਕਥਾ ਸੰਗਤ ਵਿੱਚ ਜ਼ਰੂਰ ਹੋਵੇ, ਕਿਉਂਕਿ ਉਸ ਲਈ ਤਿਆਰੀ ਬਹੁਤ ਚਾਹੀਦੀ ਹੈ। ਪਰਸ਼ਨ ਇਹ ਹੁਣ ਬੜਾ ਫਰਕ ਹੈ, ਜਿਵੇਂ ਅਸੀਂ ਪਾਠ ਆਮ ਪੰਜਾਬੀ 'ਚ ਪੜ੍ਹਦੇ ਹਾਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਪਰ ਅਸਲੀ ਪਰਸ਼ਨ ਵਿੱਚ ਹੈ ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ। ਅਸੀਂ ਪੜ੍ਹਦੇ ਹਾਂ ਏਜ ਦੀ ਮਨਜ਼ੂਰ, ਉੱਥੇ ਹੈ ਏਜਦ ਇਹ ਮਨਜ਼ੂਰ ਗੁਰੂ ਗੋਬਿੰਦ ਸਿੰਘ। ਦੂਜੀ ਗੱਲ, ਅਕਸਰ ਅਸੀਂ ਕਾਹਲੀ 'ਚ ਸ਼ਬਦ ਕਹਿ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ, ਪਰ ਭਾਈ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸ਼ਬਦ ਨਹੀਂ ਵਰਤਿਆ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਵਰਤਿਆ। ਖੈਰ ਮੈਂ ਜਿਹੜੀ ਬੇਨਤੀ ਆਪ ਨੂੰ ਕਰਨ ਲੱਗਾ, ਇੰਨੀ ਨਿਰਮਾਣਤਾ ਸ਼ਬਦ, ਅਤੇ ਉਸ ਦਿਨ ਦੇ ਆਪਾਂ ਪੜ੍ਹੀ ਜਾ ਰਹੇ ਹਾਂ। ਇਹੀ ਕਾਰਨ ਕਿ ਜਦੋਂ ਬੁੱਧੀ ਦੇ ਤਲ 'ਤੇ ਸਿਫਤਾਂ ਦੇ ਗੀਤ ਆਪਾਂ ਪੜ੍ਹਦੇ ਹਾਂ ਅਤੇ ਬੁੱਧੀ ਉਹਨੂੰ ਲਿਟਰੇਚਰ ਦੇ ਤੌਰ 'ਤੇ ਲੈਂਦੀ, ਕਿ ਮੈਂ ਉਸ ਦਿਨ ਕਿਹਾ ਜਿਵੇਂ ਪੁਨਰੁਕਤੀ ਹੈ, ਦੁਬਾਰਾ 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 ਉਹੀ ਸ਼ਬਦ ਆ ਰਹੇ ਨਾ ਜੀ, ਅਰਥ ਵੀ ਆ ਰਹੇ ਨੇ। ਇੱਕ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਸੀ, ਚਲੋ ਮੈਂ ਨਾਂ ਹੀ ਲੈ ਦੇਣਾ,
ਰਜਨੀਸ਼ ਨੇ ਜਦੋਂ ਜਪਜੀ ਸਾਹਿਬ ਦਾ ਟੀਕਾ ਕੀਤਾ, ਜਿਹਨੂੰ ਬਾਅਦ 'ਚ ਓਸ਼ੋ ਕਹਿੰਦੇ ਸਨ, ਕਿਉਂਕਿ ਉਹ ਜਪਜੀ ਸਾਹਿਬ 'ਤੇ ਬੋਲਿਆ ਹੈ, ਅਤੇ ਇਹ ਵੀ ਬੇਨਤੀ ਹੈ, ਪੜ੍ਹਿਆ ਲਿਖਿਆ ਸਮਾਜ ਉਸ ਟੀਕੇ ਨੂੰ ਸਵੀਕਾਰ ਕਰਦਾ, ਪਰ ਗੁਰਮਤ ਦੀ ਕਸਵੱਟੀ 'ਤੇ ਲਾ ਕੇ ਦੇਖਾਂਗੇ ਤਾਂ ਕਈ ਗੱਲਾਂ ਸਵੀਕਾਰ ਨਹੀਂ ਹੁੰਦੀਆਂ। ਉਹ ਏਡਾ ਸਿਆਣਾ ਵਿਦਵਾਨ ਸੀ, ਫਿਲੋਸਫਰ ਸੀ ਜੀ, ਫਿਲੋਸਫੀ ਦਾ ਪ੍ਰੋਫੈਸਰ ਸੀ, ਅਤੇ ਉਹਨੇ, ਅਤੇ ਮੈਂ ਫਿਰ ਬੇਨਤੀ ਕਰਾਂ ਕਿ ਸ਼ਬਦ ਉਹ ਕਹਿੰਦੇ ਸਨ ਕਿ ਖੁੰਟੀ ਕਿਸੇ ਕੀ ਵੀ ਹੋ, ਕੋਟ ਮੈਂ ਆਪਣਾ ਹੀ ਉਤਾਰੂੰਗਾ। ਗੱਲ ਉਹਨੇ ਜਿਹੜੇ ਸ਼ਬਦ ਕਹੇ, ਜਿਹਦੀ ਮੈਨੂੰ ਬਹੁਤ ਚੰਗੀ ਗੱਲ ਲੱਗੀ, ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਕਿਉਂ ਜਪਜੀ ਸਾਹਿਬ ਵਿੱਚ ਪੁਨਰੁਕਤੀ ਕਰ ਰਹੇ ਆ, ਕਿਉਂ ਵਾਰ ਵਾਰ ਇੱਕ ਸ਼ਬਦ ਕਹਿ ਰਹੇ ਆ? ਜੇ ਗਾਵੈ ਕੋ ਤਾਣ, ਇੱਕੋ ਸ਼ਬਦ ਕਹਿ ਗਿਆ ਪੌੜੀ 'ਚ ਸੱਚੇ ਪਾਤਸ਼ਾਹ ਜੀ, ਹੁਕਮੀ ਸ਼ਬਦ ਕਹੀ ਗਏ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਇੱਕੋ ਸ਼ਬਦ ਹੈ ਨਾ। ਜੇ ਸੁਣਿਆ ਦੀ ਗੱਲ ਕੀਤੀ ਤਾਂ ਇਹਨਾਂ ਸੁਣਿਆ ਤਾਂ ਚਾਰ ਪੌੜੀਆਂ ਕਹਿ ਗਏ, ਜੇ ਮੰਨੇ ਦੀ ਗੱਲ ਕੀਤੀ ਤਾਂ ਤਿੰਨ ਪੌੜੀਆਂ ਮੰਨੇ ਦੀਆਂ ਬੋਲ ਗਏ, ਇੱਕ ਪੌੜੀ ਮੰਨੇ ਦੀ ਕਹੀ, ਪੰਜ ਪ੍ਰਵਾਨ, ਫਿਰ ਅਸੰਖ ਅਸੰਖ, ਫਿਰ ਅੰਤ ਨਾ ਸਿਫਤੀ ਕਹਿ ਨਾ ਅੰਤ, ਫਿਰ ਅਮੁੱਲ ਅਮੁੱਲ। ਉਹਨੇ ਗੱਲ ਜਿਹੜੀ ਕਹੀ ਉਹ ਕਹਿੰਦਾ ਅਸਲ 'ਚ ਦੁਨੀਆ ਦੇ ਲੋਕ ਸੰਸਾਰੀ ਖੁਮਾਰੀ ਵਿੱਚ ਹੁੰਦੇ ਆ, ਨਸ਼ੇ ਦੀ। ਉਹ ਕਹਿੰਦਾ ਜਿਸ ਬੰਦੇ ਨੂੰ ਸੁੱਧ ਬੁੱਧ ਨਾ ਰਹੇ, ਉਹ ਕਈ ਵਾਰੀ ਨਸ਼ੇ ਵਿੱਚ, ਖੁਮਾਰੀ ਵਿੱਚ ਇੱਕ ਲਫ਼ਜ਼ ਨੂੰ ਕਿੰਨਾ ਸਮਾਂ ਬੋਲੀ ਜਾਂਦਾ, ਬੰਦਾ ਉਹਦੇ ਲਫ਼ਜ਼ 'ਚ ਰਸ ਹੈ। ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੇ ਸਿਰਫ ਗਾਇਆ ਅਤੇ ਗਾ ਗਾ ਕੇ ਸਭ ਕੁਝ ਪੀ ਗਏ। ਕਹਿੰਦੇ ਤੁਸੀਂ ਅਮੁੱਲ ਦੀ ਜਿੰਨੀ ਮਰਜ਼ੀ ਵਿਆਖਿਆ ਕਰੀ ਜਾਓ, ਉਹਦੇ ਉਹਨਾਂ ਦੇ ਹਰ ਸ਼ਬਦ ਕਹਿਣ ਦੇ ਵਿੱਚ ਇੰਨਾ ਰਸ ਸੀ, ਉਹ ਟਿਕਾ ਸੀ, ਅਗਲੇ ਸ਼ਬਦ 'ਤੇ ਜਾਣ ਹੀ ਨਹੀਂ ਸੀ ਦਿੰਦਾ ਇੱਕੋ ਸ਼ਬਦ 'ਤੇ। ਜਿਵੇਂ ਉਸ ਦਿਨ ਕਿਹਾ ਗੁਰੂ ਗੋਬਿੰਦ ਸਿੰਘ, ਤੂੰ ਹੀ ਸ਼ਬਦ ਬਹੁਤ ਵਰਤਦੇ ਆ ਕਿ ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮਕੀ ਤੂੰ ਹੀ, ਮਕਾ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ। ਉਸਦਾ ਕਾਰਨ ਹੈ ਇੱਕ, ਉਹ ਲਗਾਤਾਰ ਨਿਰੰਤਰਤਾ ਬਣ ਜਾਂਦੀ, ਜਿਹਨੂੰ ਇੱਕ ਰਸ ਕਹਿ ਦਿੰਦੇ ਹਾਂ, ਲਿਵ ਤਾਰ ਕਹਿ ਦਿੰਦੇ ਹਾਂ। ਹੁਣ ਲਿਵ ਤਾਰ ਦੇ ਵਿੱਚ ਤਾਂ ਖੰਡਾਈ ਨਹੀਂ ਹੈਗਾ, ਤਾਰ ਦਾ ਲਫਜ਼ੀ ਅਰਥ ਧਾਰ, ਕਿ ਜਿਵੇਂ ਤੇਲ ਦੀ ਧਾਰ ਪੈਂਦੀ ਹੈ ਅਤੇ ਜੇ ਥੋੜ੍ਹਾ ਜਿਹਾ ਕੰਪਣ ਆ ਜਾਵੇ ਉਹ ਧਾਰ ਥੋੜ੍ਹਾ ਰਹਿਣੀ ਹੈ। ਇੱਥੇ ਸਤਿਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ ਹੈ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਰਮੇਸ਼ਵਰ ਦੀ ਇਬਾਦਤ ਵਿੱਚ ਇਹ ਸਾਰੇ ਸ਼ਬਦ ਵਾਹਿਗੁਰੂ ਜੀ ਦੀ ਉਪਮਾ 'ਚ ਕਹਿ ਰਹੇ ਆ। ਅੱਜ ਸ਼ੁਰੂਆਤ ਹੈ ਗੁਣ ਮੱਧ ਭਾਰ ਸ਼ੰਤ ਹੈ ਪ੍ਰਸਾਦ ਤੁਹਾਡੀ ਕਿਰਪਾ ਨਾਲ, ਗੁਣ ਗਨ ਉਧਾਰ। ਗੁਣ ਦਾ ਲਫਜ਼ੀ ਅਰਥ ਆਪਾਂ ਕਰਾਂਗੇ ਜਿਹੜੇ ਆ ਗੁਣ ਕਹਿੰਦੇ, ਰੂਹਾਨੀ ਗੁਣ ਚਾਹੇ ਦੁਨਿਆਵੀ ਗੁਣ। ਉਂਝ ਤਾਂ ਵੈਸੇ ਕੋਈ ਵੀ ਖੂਬੀ ਹੈ ਜਿਹੜੀ ਰੱਬ ਤੋਂ ਬਿਨਾਂ ਹੈ ਹੀ ਨਹੀਂ, ਹਰ ਚੀਜ਼ ਦੇ ਉਹ ਗੁਣ ਨਿਧਾਨ ਨੇ। ਅਗਲਾ ਸ਼ਬਦ ਹੈ ਜੀ ਗਨ, ਫਿਰ ਬੇਨਤੀ ਹੈ, ਇਹ ਦੂਸਰਾ ਮੱਧ ਭਾਰ ਛੰਦ ਲਾ ਲਿਆ। ਉੱਥੇ ਸ਼ਬਦ ਹੈ ਗੁਣ ਗਨ, ਮੈਂ ਭਾਈ ਸਾਹਿਬ ਨਾਲ ਵੀ ਗੱਲ ਕਰ ਰਿਹਾ ਸਾਂ, ਕੁਝ ਇਹ ਗੁਟਕਿਆਂ ਵਿੱਚ ਜਾਂ ਵਿਦਵਾਨਾਂ ਨੇ ਨੰਨੇ ਦੀ ਥਾਂ 'ਤੇ ਨਾਣਾ ਵਰਤਿਆ। ਜੇ ਭਾਸ਼ਾਈ ਤੌਰ 'ਤੇ ਦੇਖੋ ਤਾਂ ਗੁਣ ਗਾਣੀ ਬਣੇਗਾ, ਪਰ ਉਹ ਸਤਿਗੁਰੂ ਸ਼ਬਦ ਵਰਤਦੇ ਪਏ ਆ। ਗੁਣ ਦਾ ਅਰਥ ਹੋ ਗਿਆ ਜੀ ਆਪਾਂ ਜਿਹੜੇ ਗੁਣ ਕਹਿੰਦੇ ਹਾਂ। ਅੱਗੇ ਸ਼ਬਦ ਹੈ ਗਣ, ਗਣ ਦਾ ਅਰਥ ਹੁੰਦਾ ਸਮੂਹ। ਗੁਣ ਗਨ ਇਹਦਾ ਲਫ਼ਜ਼ੀ ਅਰਥ ਹੋ ਗਿਆ ਗੁਣਾਂ ਦਾ ਸਮੂਹ, ਗੁਣਾਂ ਦਾ ਢੇਰ। ਹੋਰ ਸੌਖੇ ਅਰਥ ਕਰੀਏ ਗੁਣਾਂ ਦਾ ਭੰਡਾਰਾ। ਸਤਿਗੁਰੂ ਬਚਨ ਕਰ ਰਿਹਾ ਗੁਣ ਗਨ, ਇਹ ਇਸ ਤਰ੍ਹਾਂ ਅਰਥ ਹੋਣਗੇ। ਉਧਾਰ ਦੇ ਅਰਥ ਵੱਖਰੇ ਕਰਾਂਗੇ। ਉਧਾਰ ਚਿੱਤ ਹੈ, ਸਖੀ ਦਿਲ ਹੈ,
ਗੁਣ ਗਨ ਉਦਾਰ ਕਿ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਭੰਡਾਰਾ ਹੈ। ਫਿਰ ਬੇਨਤੀ, ਗੁਣ ਅਤੇ ਗਾਨੇ ਜ਼ਰੂਰ ਚੇਤੇ ਰੱਖਣਾ। ਗਨ ਦਾ ਅਰਥ ਸਮੂਹ ਅਤੇ ਗੁਣ ਦਾ ਅਰਥ ਹੈ ਖੂਬੀਆਂ, ਖੂਬੀਆਂ ਦੇ ਗੁਣਾਂ ਦੇ ਭੰਡਾਰੇ ਨੇ। ਅਤੇ ਅਗਲੀ ਗੱਲ, ਹੰਕਾਰੀ ਕੋਈ ਨਹੀਂ, ਕਿਉਂਕਿ ਕਈ ਵਾਰੀ ਜਦੋਂ ਬੰਦੇ ਕੋਲ ਗੁਣ ਹੁੰਦਾ ਹੈ ਨਾ, ਰਾਤ ਮੈਂ ਬੇਨਤੀ ਕੀਤੀ ਵਾਹਿਗੁਰੂ ਮੇਰ ਕਰੇ, ਗੁਣ ਦਾ ਹੰਕਾਰ ਬੰਦੇ ਨੂੰ ਡੋਬ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਉਹ ਇਹ ਦਵੰਦ 'ਚ ਨਹੀਂ, ਉਦਾਰ, ਬੜਾ ਸਖੀ ਦਿਲ ਹੈ, ਉਦਾਰ ਚਿੱਤ ਹੈ, ਉਹ ਗੁਣ ਔਗਣ ਨਹੀਂ ਫਿਰ ਬੰਦੇ ਦੇਖਦਾ। ਇਹਦੇ ਅਰਥ ਹੋ ਗਏ ਗੁਣਾਂ ਦਾ ਸਮੂਹ ਹੈ, ਗੁਣਾਂ ਦਾ ਖਜ਼ਾਨੇ ਨੇ, ਅਤੇ ਉਦਾਰ ਚਿੱਤ ਨੇ, ਖੁੱਲ੍ਹੇ ਦਿਲ ਵਾਲੇ ਨੇ। ਉਹ ਨਿਰਗੁਣਾਂ ਨੂੰ ਵੀ ਗੁਣ ਦਿੰਦੇ ਆ, ਜਿਹੜੇ ਆਪਾਂ ਰੋਜ਼ ਪੜ੍ਹਦੇ ਹਾਂ, ਨਾਨਕ ਨਿਰਗੁਣ ਗੁਣ ਕਰੇ। ਇਹ ਉਦਾਰ ਚਿੱਤ ਹੀ ਕਰ ਸਕਦੇ ਨੇ, ਸਖੀ ਦਿਲ ਕਰ ਸਕਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਗੁਣਾਂ ਦੇ ਖਜ਼ਾਨੇ ਨੇ, ਗੁਣਵੰਤੇ ਨੇ, ਗੁਣ ਬਖਸ਼ਦੇ ਆ। ਮਹਾਰਾਜ ਕਹਿੰਦੇ ਉਦਾਰ ਸਖੀ ਚਿੱਤ। ਅੱਗੇ ਮਹਿਮਾ, ਮਹਿਮਾ ਦਾ ਲਫਜ਼ੀ ਅਰਥ ਆਪਾਂ ਸਮਝਦੇ ਹਾਂ, ਇਹਦਾ ਅਰਥ ਹੈ ਵਡਿਆਈ, ਸਿਫਤ, ਅਪਾਰ। ਪਾਰ ਦਾ ਅਰਥ ਹੈ ਦੂਜਾ ਪਾਸਾ, ਅਪਾਰ ਦਾ ਅਰਥ ਹੈ ਜਿਹਦਾ ਅੰਤ ਹੀ ਕੋਈ ਨਹੀਂ ਪਾਇਆ ਜਾ ਸਕਦਾ। ਇਹਦੇ ਅਰਥ ਹੋ ਗਏ ਗੁਣਾਂ ਦਾ ਭੰਡਾਰਾ ਨੇ, ਉਦਾਰ ਚਿੱਤ ਨੇ। ਅਤੇ ਅਗਲੀ ਗੱਲ, ਮਹਿਮਾ ਉਹਨਾਂ ਦੀ ਇੰਨੀ ਕੋਈ ਬਿਆਨ ਹੀ ਨਹੀਂ ਕਰ ਸਕਦਾ। ਅਗਲਾ ਬਚਨ ਜੀ, ਆਸਨ ਅਭੰਗ। ਆਸਨ ਦਾ ਲਫਜ਼ੀ ਅਰਥ ਆਪ ਜੀ ਸਮਝ ਜਾਂਦੇ ਹੋ, ਆਸਨ ਸ਼ਬਦ ਵੀ ਆਉਂਦਾ, ਉਹ ਦੂਜੇ ਅਰਥ ਰੱਖਦਾ। ਇੱਥੇ ਆਸਨ ਦਾ ਅਰਥ ਟਿਕਾਣਾ, ਜਿਹਨੂੰ ਆਪਾਂ ਆਪਣੇ ਵਰਤ ਲੈਂਦੇ ਵੀ ਆਪਣੇ ਆਸਨ 'ਤੇ ਚੱਲੇ। ਗੁਰੂ ਸਾਹਿਬ ਸ਼ਬਦ ਵਰਤ ਰਿਹਾ ਭਾਈ ਕਿ ਆਸਨ ਅਭੰਗ। ਭੰਗ ਦਾ ਅਰਥ ਹੁੰਦਾ, ਇੱਕ ਤਾਂ ਭੰਗ ਦਾ ਅਰਥ ਆ ਹੈ ਨਾ ਜਿਹੜਾ ਵਰਦੇ ਆ, ਇੱਕ ਭੰਗ ਦਾ ਅਰਥ ਹੈ ਤੋੜਨਾ। ਉਂਝ ਵੈਸੇ ਮੈਂ ਕਿਸੇ ਸੰਪਰਦਾ ਦੇ ਬਰਖਿਲਾਫ ਨਹੀਂ ਕਹਿੰਦਾ, ਪਰ ਯਾਦ ਰੱਖਿਓ ਗੁਰਮੁਖੋ, ਬੰਦਗੀ ਕਰਨ ਵਾਲੇ ਵਾਸਤੇ ਸਿਰਫ ਓਨੀ ਕੁ ਚੀਜ਼ ਹੀ ਖਾਣੀ ਚੰਗੀ ਹੈ ਜਿਹੜੀ ਉਹਦੇ ਸਰੀਰ ਨੂੰ ਚਲਾਉਂਦੀ ਹੋਵੇ। ਇੱਥੇ ਭੰਗ ਦਾ ਅਰਥ ਤੋੜਨਾ, ਮਹਾਰਾਜ ਕਹਿ ਰਹੇ ਨੇ ਆਸਨ ਅਭੰਗ। ਇਹਦਾ ਅਰਥ ਹੋ ਗਿਆ ਅਵਿਨਾਸ਼ੀ, ਨਾ ਟੁੱਟਣ ਵਾਲਾ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਕਿ ਤੁਹਾਡਾ ਆਸਨ ਅਡੋਲ ਹੈ। ਮੈਂ ਫਿਰ ਬੇਨਤੀ ਕਰਾਂ, ਮੈਂ ਅਰਥਾਂ 'ਚ ਸ਼ਬਦ ਆਸਨ ਕਹਿ ਰਿਹਾ, ਇੱਥੇ ਮਹਾਰਾਜ ਨੇ ਆਸਨ ਲਿਖਿਆ, ਅਰਥ ਇਹੀ ਨੇ। ਆਸਨ ਦਾ ਅਰਥ ਟਿਕਾਣਾ, ਤੁਹਾਡੇ ਟਿਕਾਣੇ ਨੂੰ, ਤੁਹਾਡੇ ਤਖਤ ਨੂੰ, ਜਿਹੜਾ ਰੁਤਬਾ ਤੁਹਾਡਾ ਹੈ ਇਹਨੂੰ ਕੋਈ ਨਹੀਂ ਖੋ ਸਕਦਾ। ਇਹ ਕੋਈ ਨਹੀਂ ਜੰਮਿਆ ਕਿ ਵਾਹਿਗੁਰੂ ਜੀ ਦੇ ਆਸਨ ਨੂੰ ਖਿਲਾ ਸਕੇ। ਅੱਗੇ ਮਹਾਰਾਜ ਕਹਿੰਦੇ ਉਪਮਾ। ਉਪਮਾ ਦਾ ਅਰਥ ਆਪਾਂ ਜਾਣਦੇ ਹਾਂ, ਵਡਿਆਈ ਮੈਂ ਅੱਗੇ ਅਰਜ਼ ਕੀਤੇ ਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਨੰਗ। ਇੱਥੇ ਦੋ ਸ਼ਬਦ ਨੇ ਜਿਹਦੇ ਸੰਧੀ ਛੇਦ ਕਰਾਂਗੇ, ਐੜਾ ਨੰਨਾ ਅੰਨ ਅਤੇ ਜਮਾਂ ਐੜੇ ਟਿੱਪੀ ਗੱਗਾ ਅੰਗ। ਅਤੇ ਇਹਦਾ ਸਿੱਧਾ ਸ਼ਬਦ ਜਿਹੜਾ ਬਣ ਜਾਏਗਾ ਜੀ ਅਨੰਗ, ਇਹਦਾ ਅਰਥ ਹੋ ਜਾਏਗਾ ਅੰਗਾਂ ਤੋਂ ਬਿਨਾਂ, ਸਰੀਰ ਤੋਂ ਬਿਨਾਂ। ਇਹਦਾ ਲਫਜ਼ੀ ਅਰਥ ਇਹ ਹੋ ਗਿਆ ਜੀ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਉਪਮਾ ਕੀ ਕੋਈ ਕਰ ਸਕਦਾ, ਉਹਦਾ ਤਾਂ ਕੋਈ ਆਕਾਰ ਹੀ ਕੋਈ ਨਹੀਂ। ਫਿਰ ਬੇਨਤੀ, ਅਨੰਗ ਦਾ ਅਰਥ ਕੀਤਾ ਕੋਈ ਅੰਗ ਨਹੀਂ, ਆ ਲਫਜ਼ੀ ਅਰਥ ਹੋਣਗੇ ਨਿਰਾਕਾਰ, ਕਿ ਨਿਰਾਕਾਰ ਦੀ ਉਪਮਾ ਕੀ ਕਰੋਗੇ। ਅੱਗੇ ਸਤਿਗੁਰੂ ਕਹਿੰਦੇ ਅਨੁਭਵ। ਇੱਥੇ ਸ਼ਬਦ ਮੇਰੇ ਕੋਲ ਅਨੁਭਵ ਲਿਖਿਆ, ਲਫਜ਼ ਆਈਏ ਅਨੁਭਵ ਪ੍ਰਕਾਸ਼, ਕਿਉਂਕਿ ਮੈਨੂੰ ਪਤਾ ਹੈ ਕਿ ਦਸਮ ਦੀ ਬਾਣੀ 'ਚ ਕਾਫੀ ਜ਼ਿਆਦਾ, ਇੱਥੋਂ ਤੱਕ ਕਿ ਨਿਤਨੇਮ ਦੀ ਬਾਣੀ ਵਿੱਚ ਹੀ ਪਾਠ ਭੇਦ ਬਹੁਤ ਜ਼ਿਆਦਾ ਹੈ। ਖੈਰ, ਅਨੁਭਵ
ਇੱਥੇ ਅਨਭਉ ਦਾ ਅਰਥ ਹੈ ਆਪਣੇ ਆਪ, ਸੁਤੇ ਸਿੱਧ ਜਿਹਦੇ ਕੋਲ ਆਪਣੇ ਆਪ ਪ੍ਰਾਪਤ ਹੈ। ਪ੍ਰਕਾਸ਼ ਦਾ ਅਰਥ ਹੈ ਚਾਨਣ। ਫਿਰ ਬੇਨਤੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਕਿਸੇ ਤੋਂ ਪ੍ਰਕਾਸ਼ ਨੌਲੇਜ ਲੈਣ ਦੀ ਲੋੜ ਨਹੀਂ, ਸਾਰੇ ਗਿਆਨ ਤਾਂ ਤੁਹਾਡੇ ਆਪਣੇ ਆਪਣੇ ਨੇ, ਕਿਸੇ ਤੋਂ ਥੋੜ੍ਹਾ ਕਿਸੇ ਵਾਹਿਗੁਰੂ ਜੀ ਨੂੰ ਕਿਸੇ ਨੇ ਸਿਖਾਉਣਾ ਹੈ ਜੀ। ਅਨਭਉ ਪ੍ਰਕਾਸ਼ ਅੱਗੇ ਜੀ ਨਿਸ ਦਿਨ ਅਨਾਸ, ਨਿਸ ਦਾ ਲਫਜ਼ੀ ਅਰਥ ਰਾਤ, ਉਂਝ ਵੈ ਸੰਸਕ੍ਰਿਤ ਦਾ ਸ਼ਬਦ ਨਿਸ਼ ਜਿਹਨੂੰ ਨਿਸ਼ਾਚਰ ਕਹਿੰਦੇ, ਨਿਸ ਦਾ ਅਰਥ ਹੋ ਗਿਆ ਇਹ ਰਾਤ ਦਿਨ ਆਪਾਂ ਸਮਝਨੇ। ਨਿਸ ਦਿਨ ਅਨਾਸ ਸ਼ਬਦੀ ਅਰਥ, ਐੜਾ ਗੇਤਰ ਲਾ ਦਿਓ ਨਾਸ ਪਿੱਛੇ ਰੱਖ ਦਿਓ ਜਿਹਨੂੰ ਆਪਾਂ ਨਾਸ਼ ਕਹਿੰਦੇ, ਖਤਮ ਹੋਣਾ। ਨਿਸ ਦਿਨ ਅਨਾਸ ਇਹਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ, ਦਿਨੇ ਰਾਤ ਤੁਸੀਂ ਇੱਕ ਰਸ ਹੋ, ਅਨਾਸ ਦਾ ਅਰਥ ਹੈ ਤੁਸੀਂ ਅਬਨਾਸ਼ੀ ਹੋ, ਹਰ ਥਾਂ 'ਤੇ ਤੁਸੀਂ ਮੌਜੂਦ ਹੋ ਦਿਨ ਅਤੇ ਰਾਤ, ਨਿਸ ਦਿਨ ਅਨਾਸ। ਅੱਗੇ ਗੁਰੂ ਜੀ ਕਹਿੰਦੇ ਨੇ ਆ ਜਾਨ ਬਾਹ। ਹੁਣ ਇੱਥੇ ਗੁਰਮੁਖਾਂ ਅਜਾਨ ਦੇ ਲਫਜ਼ੀ ਅਰਥ ਕੀਤੇ ਆ ਜੀ, ਪੈਦਾ ਕਰਨ ਦਾ ਵਸੀਲਾ। ਵਾਹੁ ਦਾ ਅਰਥ ਹੈ ਉਹਨਾਂ ਵਰਤਿਆ ਲੈ ਜਾਣਾ ਰੱਖਣ ਵਾਲਾ। ਇਹਦੇ ਅਰਥ ਇਹ ਵੀ ਕੀਤੇ ਕਿ ਉਹ ਪਰਮਾਤਮਾ ਜਗਤ ਰਚਨਾ ਦੇ ਵਸੀਲੇ ਆਪਣੇ ਵਸ 'ਚ ਰੱਖਦਾ, ਪਰ ਜ਼ਿਆਦਾਤਰ ਅਰਥ ਇਹਦੇ ਨੇ ਆ ਜਾਨ ਬਾਹੋ ਤੇਰੀਆਂ ਬੜੀਆਂ ਲੰਮੀਆਂ ਬਾਹਾਂ ਨੇ। ਇਹ ਅਰਥ ਬਹੁਤ ਟੁਕਣਗੇ, ਆਪਾਂ ਕਈ ਵਾਰੀ ਕਹਿ ਦਈਆਂ ਬੜੀਆਂ ਲੰਮੀਆਂ ਬਾਹਾਂ ਜੇ, ਉਂਝ ਵੈਸੇ ਇਹਦੇ ਅਰਥ ਨੇ ਅਜਾਨ ਦਾ ਲਫਜ਼ ਜੀ ਅਜ਼ਾਨ ਬਾਹ ਅਰਥ ਜਿਹਦੀਆਂ ਬਾਹਾਂ ਗੋਡਿਆਂ ਤੱਕ ਜਾਂਦੀਆਂ ਹੋਣ, ਲੰਮੀਆਂ ਭੁਜਾਵਾਂ ਵਾਲਾ। ਇਹਦੇ ਭਾਵ ਅਰਥ ਰਾਂਗੇ ਆਪ ਜੀ ਦੀ ਤਾਕਤ, ਆਪ ਜੀ ਦੀ ਬਾਹਾਂ ਬੜੀਆਂ ਲੰਮੀਆਂ ਨੇ, ਇਹਦਾ ਮਤਲਬ ਤੁਹਾਡੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਫਿਰ ਬੇਨਤੀ ਆ ਜਾਨ ਬਾਹ, ਭਾਰੀ ਭੁਜਾਨ ਕੋ, ਭਾਰੀ ਭਰੋਸੇ ਵਾਲੀ ਗੱਲ, ਭਾਰੀਆਂ ਬਾਹਾਂ ਵਾਲਾ ਜਿਸ 'ਚ ਤਾਕਤ ਬੜੀ। ਅੱਗੇ ਗੁਰੂ ਜੀ ਕਹਿੰਦੇ ਸ਼ਾਹਾਨ ਸ਼ਾਹ। ਫਿਰ ਬੇਨਤੀ ਸ਼ਾਹਾਂ ਦਾ ਸ਼ਾਹ ਹੈ, ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਪਾਠ ਜੋ ਲਿਖਿਆ ਆ ਰਿਹਾ ਬਿਲਕੁਲ ਦਰੁਸਤ ਹੈ, ਸ਼ਾਹਾਨ ਸ਼ਾਹ। ਅਤੇ ਜਦੋਂ ਅਰਥ ਅਸੀਂ ਕਰਨੇ ਉਦੋਂ ਪਰਸ਼ੀਅਨ ਦਾ ਸ਼ਬਦ ਵਰਤਨੇ ਆ, ਸ਼ਾਹਾਨ ਇਹਦਾ ਅਰਥ ਹੋ ਗਿਆ ਜੀ ਜਿਹੜਾ ਸ਼ਾਹ ਦਾ ਵੀ ਸ਼ਾਹ ਹੈ, ਮਾਲਕਾਂ ਦਾ ਵੀ ਮਾਲਕ ਹੈ। ਇਹਦਾ ਭਾਵ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੋ। ਜਦੋਂ ਸਤਿਗੁਰਾਂ ਨੇ ਨਾ ਜੀ ਜ਼ਫਰਨਾਮਾ ਲਿਖਿਆ, ਮਹਾਰਾਜ ਜੀ ਨੇ ਉਹ ਵੀ ਸਤਿਗੁਰੂ ਮਿਹਰ ਕਰ ਰਿਹਾ ਜੀ, ਟਾਈਮ ਬਹੁਤ ਲੱਗਦਾ ਕਿਉਂਕਿ ਬੋਲੀ ਸਾਡੀ ਕੋਈ ਨਹੀਂ, ਆਮ ਫਾਰਸੀ ਕਈ ਕਿਸਮ ਦੀ ਹੈ, ਉਹਦੇ ਸਮਝਣ ਲਈ ਵੀ ਟਾਈਮ ਚਾਹੀਦਾ। ਹੁਣ ਉਹਦੇ ਵਿੱਚ ਸਤਿਗੁਰਾਂ ਨੇ ਜਦੋਂ ਚਿੱਠੀ ਲਿਖੀ, ਜਿਹੜੇ ਪਹਿਲਾਂ 11 ਕਿ 11 ਜਿਹੜੇ ਸ਼ੇਰ ਨੇ ਨਾ ਉਹ ਸਿਰਫ ਪਰਮਾਤਮਾ ਦੀ ਸਿਫਤ ਵਿੱਚ ਨੇ, ਹਾਲਾਂਕਿ ਲਿਖਣਾ ਤਾਂ ਔਰੰਗਜ਼ੇਬ ਨੇ, ਦੋ ਚਿੱਠੀਆਂ ਨੇ ਮਾਰੇ ਦੀਆਂ, ਇੱਕ ਮਾਛੀਵਾੜੇ ਤੋਂ ਲਿਖੀ, ਉਹਦੇ 23.5 ਸ਼ੇਰ ਨੇ, 23.5 ਸ਼ੇਰ, ਉਹ ਦਸਮ 'ਚ ਨਹੀਂ ਹੈਗੀ, ਮਿਲਦੀ ਹੈ ਚਿੱਠੀ, ਉਹਨੂੰ ਫਤਿਹਨਾਮਾ ਕਹਿੰਦੇ ਨੇ ਸਾਡੇ ਵਿਦਵਾਨ। ਇਹ ਜਿਹੜਾ ਜ਼ਫਰਨਾਮਾ, ਉਂਝ ਵੈਸੇ ਪੰਜਾਬੀ 'ਚ ਹਾਹਾ ਹੀ ਬੋਲਦੇ ਹਾਂ ਜ਼ਫਰਨਾਮਾ, ਪਰ ਜੇ ਤੁਸੀਂ ਪੁੱਛੋ ਤਾਂ ਪਰਸ਼ੀਅਨ ਵਾਲੇ ਹਾਹਾ ਨਹੀਂ ਬੋਲਦੇ, ਉਹ ਜ਼ਫਰਨਾਮਾ ਹੀ ਕਹਿੰਦੇ ਆ। ਹੁਣ ਜਿਹੜਾ ਜ਼ਫਰਨਾਮਾ ਹੈ, ਅਸੀਂ ਕਹਿੰਦੇ ਹਾਂ ਜਿੱਤ ਦੀ ਚਿੱਠੀ, ਹਾਂਜੀ ਨਾਮਾ ਜਿੱਤ ਦੀ ਚਿੱਠੀ, ਸਾਡਾ ਇੱਕ ਵਿਦਵਾਨ ਕਹਿੰਦਾ ਨਹੀਂ, ਜਿੱਤ ਦੀ ਚਿੱਠੀ ਦੀ ਥਾਂ ਇਹ ਕਹੋ ਜਿੱਤ ਦਾ ਐਲਾਨਨਾਮਾ, ਜਿੱਤ ਗਿਆ ਮੈਂ ਜਿੱਤ ਗਿਆ। ਉਹ ਕਹਿੰਦੇ ਨੇ ਬਾਬਰ ਦੇ ਨਾਲ ਸੰਬੰਧਿਤ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇ ਸ਼ਬਦ ਨੇ ਸਤਿਗੁਰਾਂ ਦੇ, ਉਹਨਾਂ ਸ਼ਬਦਾਂ ਨੂੰ ਅਤੇ ਜ਼ਫਰਨਾਮੇ ਨੂੰ ਬਰਾਬਰ ਰੱਖ ਕੇ ਵਿਆਖਿਆ ਕਰੋ।
ਕਹਿੰਦੇ ਉਹ ਜ਼ਫਰਨਾਮੇ ਦੀ ਸ਼ੁਰੂਆਤ ਜਿੱਤ ਦਾ ਐਲਾਨ, ਟੱਕਰ ਦਾ ਐਲਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਰਤਾ, ਜਿਹਦੇ ਵਿੱਚ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ ਧੱਕਾ ਕਰ ਰਿਹਾ ਹੈ। ਮਹਾਰਾਜ ਇੱਥੋਂ ਤੱਕ ਵਰਤਿਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜ੍ਹਾਇਆ, ਮੁਗਲ ਚੜ੍ਹ ਕੇ ਆ ਗਿਆ। ਹੁਣ ਜਦੋਂ ਸਤਿਗੁਰੂ ਜ਼ਫਰਨਾਮਾ ਲਿਖਦੇ ਆ ਤੇ ਉਹਦੇ ਵਿੱਚ ਆ ਸ਼ੇਰ ਮੈਂ ਇਹਦੀ ਆਹ ਸਿਰਫ ਕਰ ਲਈ ਵੀ ਤੂੰ ਸ਼ਾਹਾਂ ਦਾ ਸ਼ਾਹ ਹੈ, ਲਿਖਣਾ ਔਰੰਗਜ਼ੇਬ ਨੂੰ। ਹੁਣ ਜਦੋਂ ਬਾਦਸ਼ਾਹ ਨੂੰ ਚਿੱਠੀ ਲਿਖਦੇ ਆ ਨਾ ਲੋਕੀ, ਚੇਤੇ ਰੱਖਿਓ ਇੰਨੀਆਂ ਕੁ ਝੂਠੀਆਂ ਸਿਫਤਾਂ ਕਰਦੇ ਨੇ ਤੋਬਾ ਰੱਬ ਦੀ, ਕਿ ਜਿਵੇਂ ਆਪਾਂ ਵੀ ਵੇਖਦੇ ਹਾਂ ਲੋਕੀ ਇਹ ਰੱਬ ਅੱਗੇ ਅਰਦਾਸ ਕਰੋ, ਸਮਾਂ ਭੀੜ ਕਦੀ ਤੇ ਸ਼ਖਸੀਅਤ ਕੋਈ ਸਾਨੂੰ ਦੁਨਿਆਵੀ ਪ੍ਰਭਾਵਿਤ ਨਾ ਕਰੇ। ਸਥਾਨ ਪ੍ਰਭਾਵਿਤ ਕਰ ਜਾਂਦਾ, ਜਦੋਂ ਬੰਦੇ ਬਹੁਤ ਸਾਰੇ ਕਿਸੇ ਵਿਚਾਰਧਾਰਾ ਦੇ ਨਾਲ ਇਕੱਲਾ ਬੰਦਾ ਉਹਦੇ ਨਾਲ ਪ੍ਰਭਾਵਿਤ ਹੋ ਜਾਂਦਾ। ਇੱਥੇ ਸਤਿਗੁਰੂ ਜਦੋਂ ਚਿੱਠੀ ਲਿਖਦੇ ਆ ਤੇ ਚਿੱਠੀ ਵਿੱਚ ਇੱਕ ਮੈਂ ਸ਼ੇਰ ਆਪ ਨਾਲ ਸਾਂਝਾ ਕਰਨਾ, ਪਹਿਲਾ ਸ਼ੇਰ ਕਹੇ ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਬਾਦਸ਼ਾਹ ਨੂੰ ਜਿੰਨੀਆਂ ਪੱਤਰਕਾਵਾਂ ਨੇ, ਇਹੀ ਕਾਰਨ ਭਾਰਤ ਦੀ ਧਰਤੀ ਦੇ ਉੱਤੇ ਬਾਦਸ਼ਾਹ ਨੂੰ ਲੋਕੀ ਰੱਬ ਕਹਿੰਦੇ ਸਨ, ਰਾਜੇ ਨੂੰ ਪਰਮਾਤਮਾ ਕਹਿੰਦੇ ਸਨ। ਤੇ ਇਹ ਉੱਥੋਂ ਦੀ ਇੱਕ ਕਹਾਵਤ ਸੀ, ਦਲੀਸਰੋ ਵਾ ਈਸਰੋ, ਜੋ ਦਿੱਲੀ ਕਾ ਬਾਦਸ਼ਾਹ ਹੈ ਉਹ ਈਸ਼ਰ ਹੈ, ਦਲੀਸਰੋ ਵਾ ਈਸਰੋ। ਗੁਰੂ ਸਾਹਿਬ ਜਦੋਂ ਚਿੱਠੀ ਲਿਖੀ ਉਹਨਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਸਿਫਤ ਕੀਤੀ, ਕਮਾਲ ਏ ਕਰਾਮਾਤ, ਇਹਦਾ ਅਰਥ ਹੈ ਮੈਂ ਤੇਰੀਆਂ ਅਲੌਕਿਕ ਸ਼ਕਤੀਆਂ ਦਾ ਕਾਇਲ ਹਾਂ, ਵਾਹ ਤੇਰੀ ਸ਼ਕਤੀ ਨੂੰ। ਕਮਾਲ ਏ ਕਰਾਮਾਤ ਕਾਇਮ, ਕਾਇਮ ਦਰ ਤੇ ਸਦਾ ਰਹਿਣ ਵਾਲਿਆ, ਨਿਸ ਦਿਨ ਅਨਾਸ਼, ਕਰੀਮ ਬਖਸ਼ਿਸ਼ ਕਰਨ ਵਾਲਾ। ਅੱਗੇ ਕਹਿੰਦੇ ਰਜ਼ਾ ਬਖਸ਼, ਫਾਰਸੀ ਸ਼ਬਦ ਹੈ ਰਜ਼ਾ, ਇਹਦਾ ਅਰਥ ਰਜ਼ਾ ਬਖਸ਼, ਮੇਰੀ ਝੋਲੀ 'ਚ ਆਪਣੀਆਂ ਖੁਸ਼ੀਆਂ ਪਾ। ਰਾਜ਼ਿਕ, ਰੋਟੀ ਦੇਣ ਵਾਲਿਆ, ਰਿਹਾ ਕੁਨ, ਸਥਿਤ, ਆਪ ਤਾਂ ਤੂੰ ਆਬਾਦ ਹੈ, ਤੈਨੂੰ ਕੋਈ ਰੁਕਾਵਟ ਕੋਈ ਨਹੀਂ, ਤੇਰੇ ਅੱਗੇ ਨਮਸਕਾਰ ਕਰਨਾ, ਤੂੰ ਬੰਧਨ ਕੱਟਣ ਵਾਲਾ ਹੈ। ਫਿਰ ਬੇਨਤੀ, ਰਿਹਾ ਕੁਨ, ਰਿਹਾਈ ਦੇਣ ਵਾਲਾ, ਰਹੀਮ, ਰਹਿਮ ਦੇਲ। ਉਹਦੇ ਵਿੱਚ ਇੱਕ ਸ਼ੇਰ ਹੈ, ਅਗਲਾ ਸ਼ੇਰ ਹੈ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਆਮਾ ਬਖਸ਼ ਬਖਸ਼ੰਦਾ ਓਏ। ਸੱਚੀ ਮੁੱਚ ਜਿੱਡਾ ਵੱਡਾ ਗੁਰੂ ਸੀ ਨਾ, ਓਡੀ ਵੱਡੀ ਵਿਆਖਿਆ ਕੋ ਨਹੀਂ ਹੋਈ। ਅਮਾ ਬਖਸ਼ ਮੈਨੂੰ ਸ਼ਰਨ ਦੇ, ਬਖਸ਼ਿਸ਼ ਕਰਨ ਵਾਲਿਆ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਦਸਤਗੀਰ ਦਾ ਅਰਥ ਹੈ ਹੱਥ ਪਕੜਨ ਵਾਲਾ, ਬਾਂਹ ਪਕੜਨ ਵਾਲਾ। ਅੱਗੇ ਮਹਾਰਾਜ ਕਹਿੰਦੇ ਨੇ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼, ਗੁਨਾਹਾਂ ਨੂੰ ਬਖਸ਼ਣ ਵਾਲਿਆ, ਰੋਜ਼ੀ ਦੇਹੋ, ਰਿਜ਼ਕ ਦੇਣ ਵਾਲਿਆ, ਦਿਲ ਪਜ਼ੀਰ, ਫਰਸ਼ੀਅਨ ਵਿੱਚ ਪਜ਼ੀਰ ਕਹਿੰਦੇ ਨੇ ਪਿਆਰੇ ਨੂੰ, ਤੂੰ ਦਿਲੋਂ ਮੁਹੱਬਤ ਕਰਨਾ, ਕਪਟ ਨਹੀਂ ਰੱਖਦਾ। ਇੱਥੇ ਇੱਕ ਸਵਾਲ ਹੈ, ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਹੈ ਅਤੇ ਜਿਹੜੇ ਪਹਿਲੇ ਸ਼ੇਰ ਨੇ ਉਹ ਰੱਬ ਦੀ ਸਿਫਤ, ਅਤੇ ਜਦੋਂ ਮਹਾਰਾਜ ਚਮਕੌਰ ਦਾ ਜ਼ਿਕਰ ਕਰਦੇ ਆ ਅੱਗੇ ਲਿਖਦੇ ਆ ਦਾਸਤਾਨ, ਉਹ ਵੱਖਰੀ ਚਿੱਠੀ ਹੈ, ਇਸੇ ਦੇ ਹਿੱਸਾ ਜ਼ਫਰਨਾਮਾ। ਦਾਸਤਾਨ 'ਚ ਮਹਾਰਾਜ ਕਹਿੰਦੇ ਨੇ ਇਹ ਮਰਾ ਐਤਬਾਰੀ ਬਰੀ ਕਸਮ ਨੇਸਤ ਕੇ ਏਜ਼ਦ ਗਵਾਹ ਅਸਤ ਯਜਦਾ ਯਕੇਸਤ, ਨਾ ਕਤਰਾ ਮਰਾ ਇਤਬਾਰ ਏ ਬਰੋਸਤ ਕੇ ਬਖਸ਼ੀ ਵਾ ਦਿਵਾ ਹਮਾ ਕਿਜ਼ਬ ਗੋਸਤ, ਕੇ ਪੇਮਾ ਸ਼ਿਕਨ ਬੇਦਰੰਗ ਆਮਦੰਦ, ਮੈਂ ਤੇਗੋ ਤੀਰੋ ਤੁਵੰਗ ਆਮਦੰਦ, ਬਾਹ ਲਾਚਾਰਗੀ ਦਰ ਮਿਆਂ ਆਮਦੰਦ। ਉਹਦੇ ਵਿੱਚ ਫਿਰ ਮਹਾਰਾਜ ਉਹ 'ਚ ਹੀ ਕਹਿੰਦੇ ਆ ਚੂੰਕਾਰ ਅਜ਼ ਹਮਾ ਹੀਲ ਅਤੇ ਦਰ ਗੁਜਸ਼, ਇਹ ਦਾਸਤਾਨ 'ਚ ਹੈ। ਫਿਰ ਮੇਰੀ ਬੇਨਤੀ ਸੁਣੋ, ਆਪਾਂ ਆਪਣੇ ਵਿਸ਼ੇ 'ਤੇ ਆਉਣਾ,
ਕਿ ਰਾਜਿਆਂ ਦਾ ਰਾਜਾ, ਸ਼ਾਹਾਂ ਦਾ ਸ਼ਾਹ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਸ਼ਬਦ ਵਰਤਿਆ ਹੈ, ਸ਼ੈਨ ਸ਼ਾਹੇ ਖੂਬੀ ਦੇਹੋ ਰਾਹ ਨਮੂ। ਇਹ ਸੁਣਿਓ, ਚਿੱਠੀ ਬਾਦਸ਼ਾਹ ਨੂੰ ਲਿਖੀ ਜਾ ਰਹੀ ਹੈ, ਅਤੇ ਸਭ ਤੋਂ ਵੱਡੀ ਚਪੇੜ ਇਹ ਵੇ ਕਿ ਗੁਲਾਮ ਲੋਕ ਤੈਨੂੰ ਪਾਤਸ਼ਾਹ ਅਤੇ ਆਲਮਗੀਰ ਕਹਿੰਦੇ ਨੇ, ਮੇਰਾ ਸ਼ੈਨ ਸ਼ਾਹ ਹੋਵੇ ਜਿਹੜਾ ਤੇਰੇ ਵਰਗੇ ਬਾਦਸ਼ਾਹ ਨੂੰ ਵੀ ਗੁਣ ਦਿੰਦਾ ਪਿਆ। ਫਿਰ ਅਰਜ਼ ਹੈ, ਇਹ ਨਹੀਂ ਕਿਹਾ ਮੈਂ ਤੈਨੂੰ ਆਲਮਗੀਰ ਮਾਨਾ, ਲਫ਼ਜ਼ ਵਰਤੇ ਨਾ ਅੱਗੇ, ਤੂੰ ਆਲਮਗੀਰ ਹੈ, ਤੂੰ ਵਕਤ ਦਾ ਮਾਲਕ ਹੈ, ਹਾਕਿਮ ਹੈ। ਪਰ ਆਹ ਤੁਸੀਂ ਦੇਖੋ, ਸ਼ੈਨ ਸ਼ਾਹੇ ਖੂਬੀ ਦੇਖੋ ਰਾਹ ਨਮੂ। ਖੂਬੀ ਦਾ ਅਰਥ ਗੁਣ, ਜਿਹੜੇ ਆਪਾਂ ਪੜ੍ਹ ਰਹੇ ਹਾਂ, ਤੂੰ ਗੁਣਾਂ ਦਾ ਖਜ਼ਾਨਾ ਹੈ। ਸ਼ੈਨ ਸ਼ਾਹਾਂ ਨੂੰ ਖੂਬੀ ਦਿੰਦੇ ਹੋ ਅਤੇ ਰਾਹ ਨਮੂ ਤੁਸੀਂ ਰਹਿਨੁਮਾਈ ਕਰਦੇ ਹੋ। ਸ਼ੈਨ ਸ਼ਾਹੇ ਖੂਬੀ ਦੇਹੋ ਰਾਹ ਨਮੂ ਕੇ ਬੇਗੂਨੋ ਬੇਚੂਨ ਚੂੰ ਬੇਨਮੂ। ਫਿਰ ਸੁਣਿਓ, ਕਿ ਬੇਗੂਨੋ ਹੇ ਮੇਰੇ ਵਾਹਿਗੁਰੂ ਜੀ, ਤੁਸੀਂ ਰੰਗ ਤੋਂ ਬਿਨਾਂ ਹੋ। ਬੇਗੂਨੋ ਦਰ ਤੇ ਰੰਗ ਕੋਈ ਨਹੀਂ, ਬੇਚੂਨ ਬੇਚੂਨ ਦਰ ਤੇ ਤੇਰੀ ਉਪਮਾ ਕੋਈ ਨਹੀਂ ਕਰ ਸਕਦਾ। ਅੱਗੇ ਮਹਾਰਾਜ ਕਹਿੰਦੇ ਕਿ ਬੇਗੂਨੋ ਬੇਚੂਨ ਚੂੰ ਬੇਨਮੂ, ਬੇਨਮੂ ਦਾ ਅਰਥ ਤੇਰੇ ਵਰਗਾ ਕੋਈ ਨਮੂਨਾ ਹੀ ਨਹੀਂ ਹੈਗਾ, ਇਹਦਾ ਮਤਲਬ ਤੇਰੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਮੈਂ ਸਿਰਫ ਇੰਨੀ ਕੁ, ਇਹ ਨਹੀਂ ਕਿ ਆਪਾਂ ਦੱਸਣ ਲਈ ਵੀ ਆਪ ਪੜ੍ਹਨੇ, ਅਸੀਂ ਨਹੀਂ, ਮੇਰੀ ਸਿਰਫ ਇੱਕ ਬੇਨਤੀ, ਗੁਰੂ ਗੋਬਿੰਦ ਸਿੰਘ ਦਾ ਖਿਰਦਾ ਰੱਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ। ਮਹਾਰਾਜ ਨਿਮਰਤਾ ਇੰਨੀ ਹੈ, ਕੀਟ ਪ੍ਰਥ ਤਾਂ ਪ੍ਰਸਾਦ ਤੇਰਾ ਜੋਰ, ਕਿਰਪਾ ਤੇਰੀ। ਇੱਥੇ ਗੁਰੂ ਜੀ ਕਹਿ ਰਹੇ ਨੇ, ਭਾਈ ਮੇਰਾ ਵਾਹਿਗੁਰੂ ਜਿਹੜੇ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ ਕਿ ਸ਼ਾਹਾਨ ਸ਼ਾਹ, ਸ਼ਹਿਨ ਸ਼ਾਹਾਂ ਦਾ ਸ਼ਾਨ ਸ਼ਾਹ ਹੈ, ਰਾਜਾਨ ਰਾਜ ਰਾਜਿਆਂ ਦਾ ਰਾਜਾ ਹੈ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਤਾਰ ਕੇ ਝੂਠੇ ਕਰਤ ਦਿਵਾਚਾ, ਜਿਹਨੂੰ ਮਹਾਰਾਜ ਸ਼ਬਦ ਵਰਦਿਆ ਰਾਜਿਆਂ ਦਾ ਰਾਜਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵਿਸਾਹ। ਸੱਚੀ ਮੁੱਚੀ ਉਹ ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕੁਛ ਹੋਏ, ਤਿਸ ਤੇ ਬਾਹਰ ਨਾ ਹੀ ਕੋਈ। ਰਾਜਾਨ ਰਾਜ, ਇਹਨੂੰ ਰਜਾਨ ਨਹੀਂ ਪੜ੍ਹਨਾ, ਰਾਰੇ ਨੂੰ ਕੰਨਾ ਜ਼ਰੂਰ ਬੋਲਣਾ ਜੀ। ਰਾਜਾਨ ਰਾਜ, ਰਾਜਿਆਂ ਦੇ ਬਹੁਤ ਵੱਡੇ ਰਾਜੇ। ਅੱਗੇ ਹੈ ਪਾਨਾਨ, ਪਾਨਾਨ ਭਾਨ, ਪਾਨਾਨ ਦਾ ਅਰਥ ਹੋ ਗਿਆ ਸੂਰਜਾਂ ਦਾ ਸੂਰਜ ਹੈ ਤੂੰ। ਫਿਰ ਬੇਨਤੀ, ਪ੍ਰਕਾਸ਼ ਵਿੱਚੋਂ ਮਹਾਂਪ੍ਰਕਾਸ਼ ਹੋ, ਰਾਜਿਆਂ ਵਿੱਚੋਂ ਰਾਜੇ ਹੋ। ਦੇਵਾਨ ਦੇਵ, ਦੇਵਾਨ ਬਹੁ ਵਚਨ, ਦੇਵਤੇ ਅਗਲੇ ਦੇਵ ਦਰ ਤੇ ਪੂਜਨ ਯੋਗ, ਪ੍ਰਕਾਸ਼ਮਈ। ਵਾਹਿਗੁਰੂ ਜੀ, ਤੁਸੀਂ ਦੇਵਤਿਆਂ ਵਿੱਚੋਂ ਵੀ ਸਭ ਤੋਂ ਪੂਜਣ ਯੋਗ ਹੋ। ਇਉਂ ਕਹਿ ਲਓ ਜੀ, ਤੁਹਾਨੂੰ ਦੇਵਤੇ ਵੀ ਪੂਜਦੇ ਪੈਣ। ਗਾਵਣ ਤੁੱਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ, ਇਹ ਉਹ ਬਚਨ ਹੈ। ਦੇਵਾਨ ਦੇਵ, ਦੇਵਤਿਆਂ ਵਿੱਚੋਂ ਸਾਰੇ ਦੇਵਤੇ ਤੁਹਾਨੂੰ ਪੂਜ ਰਿਹਾ। ਉਪਮਾ ਮਹਾਨ, ਆਪ ਜੀ ਦੀ ਜਿਹੜੀ ਉਪਮਾ ਹੈ ਇੰਨੀ ਮਹਾਨ ਹੈ ਕਿ ਇਹਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ। ਇਹ ਉਪਮਾ ਸੱਚੀ ਮੁੱਚੀ ਵੱਡੀ ਵਡਿਆਈ ਜੀ, ਇਉਂ ਕਹਿ ਲਓ ਉਪਮਾ ਮਹਾਨ ਵੱਡੀ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਵੱਡੀ ਵਡਿਆਈ ਜਾਂ ਵੱਡਾ ਨਾਂ, ਮਹਾਰਾਜ ਜੀ ਕਹਿੰਦੇ ਇਹ ਵੀ ਤਾਂ ਤੇਰੀ ਵਡਿਆਈ ਵੱਡੀ ਕਿ ਤੇਰੇ ਤੋਂ ਵੱਡਾ ਨਾਮ ਹੀ ਨਹੀਂ ਕਿਸੇ ਦਾ। ਦੇਖੋ ਕੈਸੀ ਸਿਫਤ ਕੀਤੀ। ਅੱਗੇ ਇੰਦਰਾਨ, ਫਿਰ ਬੇਨਤੀ, ਇੰਦਰਾਨ ਇੰਦਰ, ਫਿਰ ਇੰਦਰਾਂ ਦਾ, ਇੰਦਰ ਦੇਵਤਿਆਂ ਦਾ ਰਾਜਾ ਹੈ ਨਾ ਜੀ, ਅਤੇ ਚਾਲਾਂ ਬੜੀਆਂ ਚੱਲਦਾ ਹੈ, ਇਹਨੂੰ ਬੜੀ ਪ੍ਰੋਬਲਮ ਰਹਿੰਦੀ ਹੈ, ਮੇਰੀ ਪਦਵੀ ਕੋਈ ਨਾ ਖੋਜ ਲੈ।
ਤੇ ਜਿਹਨੂੰ ਪਦਵੀ ਖੋਹਦਾ, ਜਿਵੇਂ ਇਹ ਸਿਆਸਤਾਂ ਇਸ ਤਰ੍ਹਾਂ ਹੀ ਚੱਲਦੀਆਂ ਪਈਆਂ, ਦੇਵਤਿਆਂ ਤੋਂ ਹੀ ਚੱਲਦੀਆਂ ਨੇ। ਇਕਬਾਲ ਕਹਿੰਦਾ ਮੈਂ ਤੇਰੇ 'ਤੇ ਭਰੋਸਾ ਕੀ ਕਰਾਂ, ਤੂੰ ਆਪਣੇ ਦੇਵਤਿਆਂ ਤੋਂ ਪੁੱਛਿਆ ਸਾਜ਼ਿਸ਼ਾਂ ਕਿਵੇਂ ਕਰਨੀਆਂ। ਉਹ ਜਦੋਂ ਕੋਈ ਇੰਦਰ ਦੀ ਪਦਵੀ 'ਤੇ ਜਾਂਦਾ ਸੀ, ਇਹਨੂੰ ਕੋਈ ਨਾ ਕੋਈ ਕਲੰਕ ਲਾ ਕੇ ਥੱਲੇ ਸੱਟ ਦਿੰਦਾ ਸੀ। ਜਿਵੇਂ ਅੱਜ ਵੀ ਸਿਸਟਮ 'ਚ ਬਣਾਉਂਦਾ ਅੱਗੇ ਲੱਗਦਾ ਹੋਵੇ, ਕਹਿੰਦੇ ਕੋਈ ਨਾ ਕੋਈ ਇਹੋ ਜਿਹੀ ਕੰਮ ਕਰੋ, ਇਹਨੂੰ ਕਲੰਕੀ ਕਰ ਦਿਓ ਮਹਾਰਾਜ। ਅਤੇ ਕਹਿੰਦੇ ਇੰਦਰਾਨ ਇੰਦਰ, ਇੰਦਰ ਸਭ ਦੇਵਤਿਆਂ ਦਾ ਰਾਜਾ ਹੈ, ਵਾਹਿਗੁਰੂ ਜੀ ਤੂੰ ਇੰਦਰ ਦਾ ਵੀ ਰਾਜਾ ਹੈ, ਤੇਰੇ ਲਈ ਸਾਜ਼ ਨਹੀਂ ਕਰ ਸਕਦਾ, ਤੁਹਾਨੂੰ ਕੋਈ ਕਲੰਕ ਨਹੀਂ ਲਾ ਸਕਦਾ, ਥੱਲੇ ਨਹੀਂ ਸੱਟਦਾ। ਇੰਦਰਾਨ ਇੰਦਰ ਅੱਗੇ ਹੈ ਬਾਲਾਨ ਬਾਲ, ਇੱਕ ਬਾਲਾਨ ਬਾਲ ਦਾ ਅਰਥ ਕੀਤਾ ਗੁਰਮੁਖਾਂ ਨੇ, ਜਿਵੇਂ ਬਾਲ ਸ਼ਬਦ ਨਿਆਣੇ, ਬੜਾ ਸਰਲ ਸੁਭਾਅ ਹੈ ਨਿਆਣਿਆਂ ਵਰਗਾ ਤੇਰਾ, ਸੱਚੀ ਮੁੱਚੀ ਜੀ ਬੜਾ ਸਰਲ ਸੁਭਾਅ ਉਹਦਾ। ਉਂਝ ਵੈਸੇ ਵਾਹਿਗੁਰੂ ਜਦੋਂ ਕੋਈ ਇਕੱਲਾ ਬੰਦਗੀ ਕਰਦਾ ਨਾ ਜੀ ਆਪਣੀ, ਹੁਣ ਗੁਰਦੁਆਰੇ ਦੀ ਤਾਂ ਮਰਿਆਦਾ ਆਪਾਂ ਪਾਲਦੇ ਹਾਂ ਨਾ ਜੀ, ਇੱਥੇ ਇਸ 'ਤੇ ਬਹਿਣਾ, ਇਸ 'ਤੇ ਇਕੱਲਾ ਕਮਰੇ 'ਚ ਬੈਠਾ ਜਿਵੇਂ ਮਰਜ਼ੀ ਗੱਲਾਂ ਕਰੇ, ਉਹ ਬਾਲਾਂ ਵਰਗਾ ਸਰਲੇ ਉਹ ਹੱਸਣ ਵੀ ਲੱਗ ਪੈਂਦਾ ਆਪਣੇ ਸੇਵਕ ਨਾਲ। ਨਾਮਦੇਵ ਕਹਿੰਦੇ ਦੁੱਧ ਪੀ ਪਿਓ ਗੁੱਸੇ ਹੋਵੇਗਾ, ਨਾਮਦੇਵ ਦੀ ਜਿੱਦ ਵੇਖ ਕੇ ਏਕ ਭਗਤ ਮੇਰੇ ਹਿਰਦੈ ਬਸੈ ਨਾਮੇ ਦੇਖ ਨਾਰਾਇਣ ਹੱਸੈ ਹੱਸ ਪਿਆ ਵਾਹਿਗੁਰੂ। ਇੱਥੇ ਮੈਂ ਬੇਨਤੀ ਕਰਾਂਗਾ, ਬਾਲਾਨ ਦਾ ਲਫਜ਼ੀ ਅਰਥ ਇਹ ਵੀ ਕੀਤਾ ਗਿਆ ਜੀ, ਇਹ ਜਿਹੜਾ ਬਹੁਤ ਉੱਚਾ ਹੈ, ਬਾਲ ਦਾ ਅਰਥ ਬਹੁਤ ਉੱਚਾ, ਪਰ ਮੈਨੂੰ ਇਹ ਜੱਚਦਾ ਬਾਲਾਨ ਬਾਲ, ਭਾਈ ਉਹ ਸੱਚੀ ਮੁੱਚੀ ਬਾਲ ਵਰਗੇ ਸਰਲ ਸੁਭਾਅ ਵਾਲਾ ਹੀ ਹੈ। ਕਿਉਂਕਿ ਬਾਲ ਤੁਸੀਂ ਇਹ ਕਿਉਂ ਕਿਹਾ ਬਾਲਾਨ ਬਾਲ, ਜਿਹੜਾ ਪ੍ਰੌੜ ਉਮਰ ਦਾ ਨਾ ਨਿਆਣੇ ਨੂੰ ਨਾ ਛੋਟੇ ਨੂੰ ਕੁਝ ਕਹੀ ਜੋ ਕਦੀ ਨਹੀਂ ਚੇਤੇ ਕਰਦਾ, ਆ ਜਦੋਂ ਜਵਾਨ ਹੋ ਜਾਏ ਨਾ ਤੇ ਥੋੜ੍ਹੇ ਜਿਹੇ ਮਾਪੇ ਵੀ ਗੱਲ ਕਰਨ ਤੇ ਗੰਢ ਬੰਨ ਕੇ ਰੱਖਦਾ, ਜਦੋਂ ਮੌਕਾ ਆਉਂਦਾ ਫਲਾਣੇ ਵੇਲੇ ਗੱਲ ਕਹੀ ਸੀ, ਬੱਚਾ ਨਹੀਂ ਕਹਿੰਦਾ। ਤੇ ਚੇਤੇ ਰੱਖਿਓ ਜਿੱਥੇ ਗੰਢ ਹੁੰਦੀ ਉੱਥੇ ਰਸ ਕੋਈ ਨਹੀਂ ਹੁੰਦਾ, ਚਾਹੇ ਉਹ ਪਰਿਵਾਰ 'ਚ ਗੰਢਾਂ ਪੈ ਜਾਣ, ਚਾਹੇ ਮਿੱਤਰਾਂ 'ਚ ਗੰਢਾਂ ਪੈ ਜਾਣ, ਚਾਹੇ ਕੌਮੀ ਤੌਰ 'ਤੇ ਗੰਢ, ਸਿੱਧੀ ਗੱਲ ਸਾਰਾ ਗੰਨਾ ਮਿੱਠਾ ਹੈ, ਜਿੱਥੇ ਗੰਢ ਆ ਜਾਂਦੀ ਉੱਥੇ ਨਿਕੰਮਾ ਰਸ ਹੀ ਮੁੱਕ ਜਾਂਦਾ, ਅਤੇ ਜਿੱਥੇ ਗੰਢ ਆਉਂਦੀ ਅੱਖਾਂ ਵੀ ਉੱਥੇ ਨਿਕਲਦੀਆਂ। ਤੁਸੀਂ ਦੇਖਿਆ ਗੰਨੇ ਦੀ ਇੱਕ ਪੱਖ ਲੈਣਾ ਜੀ, ਗੰਨੇ ਦਾ ਬੀਜ ਜਿਹੜਾ ਉਹ ਗੰਢ ਵਿੱਚੋਂ ਨਿਕਲਦਾ ਨਾ, ਇੱਥੇ ਬੱਚਿਆਂ ਦੀ ਤਰ੍ਹਾਂ ਸਰਲ ਸੁਭਾਅ ਹੈ। ਹੁਣ ਮੰਨ ਲਓ ਬੱਚੇ ਨੂੰ ਖੂਨ ਝਿੜਕਿਆ, ਉਹਨੇ ਸਵੇਰ ਤੱਕ ਰੁੱਸਣਾ ਥੋੜ੍ਹਾ ਹੈ, ਤੂੰ ਮਨਾ ਹੁਣ ਗਲਤੀ ਕੀਤੀ, ਉਹ ਬਾਲ ਸੁਭਾਅ ਹੈ, ਸਵੇਰ ਤੱਕ ਭੁੱਲ ਜਾਂਦਾ ਤੂੰ ਕੀ ਕੀਤਾ। ਬਾਲਾਨ ਬਾਲ, ਅੱਗੇ ਗੁਰੂ ਜੀ ਕਹਿੰਦੇ ਨੇ ਰੰਕਾਨ ਰੰਕ, ਇੱਥੇ ਰੰਕ ਦਾ ਅਰਥ ਕੰਗਾਲ ਹੈ, ਇਹਦਾ ਮਤਲਬ ਇਹ ਹੋ ਗਿਆ ਵਾਹਿਗੁਰੂ ਤੂੰ ਕੰਗਾਲਾਂ ਵਿੱਚ ਮਾਂ ਕੰਗਾਲ ਬਣ ਕੇ ਮੰਗਣਾ ਪਿਆ। ਇਸ ਨੂੰ ਫਿਰ ਸੁਣਿਓ, ਮੈਂ ਨਾ ਜੀ ਅਮੈਰੀਕਾ ਤਕਰੀਬਨ ਜ਼ਿਆਦਾ ਰਹਿੰਦਾ, ਅਸੀਂ ਜਾ ਰਹੇ ਸਾਂ ਅਤੇ ਹੋਮਲੈਸ ਖਲੋਤੇ, ਤਾਂ ਇੱਥੇ ਵੀ ਹੋਣੇ ਨੇ ਮੇਰਾ ਖਿਆਲ, ਅਤੇ ਮੇਰੇ ਨਾਲ ਇੱਕ ਬੜੀ ਪਵਿੱਤਰ ਰੂਹ ਸੀ ਜੀ, ਮੇਰੇ ਨਾਲ ਬੜਾ ਪਿਆਰ ਕਰਦੇ ਆ। ਮੈਨੂੰ ਪਤਾ 1995 'ਚ ਮੈਂ ਪਹਿਲੀ ਵਾਰੀ ਆਇਆ ਸੀ ਰੋ ਸਟਰੀਟ, ਅਤੇ ਉਦੋਂ ਇੱਥੋਂ ਰੇਡੀਓ ਚੱਲਦਾ ਸੀ, ਕੈਲੀਫੋਰਨੀਆ ਕਥਾ ਹੁੰਦੀ ਸੀ, ਐਸੀ ਮਹੀਨੇ ਆਇਆ ਸੀ, ਇੰਨਾ ਹੀ ਦਿਨਾਂ 'ਚ ਆਇਆ ਸਾਂ, ਅਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਆ, ਬੜੀ ਗੁਰਮੁਖ ਰੂਹ ਨੇ। ਅਤੇ ਮੈਂ ਤੁਰਦਿਆਂ ਚਲੇ ਜਾਏ, ਬਜ਼ੁਰਗ ਨੇ ਕਹਿੰਦੇ ਰੁਪਿੰਦਰਪਾਲ ਸਿੰਘ ਇਹਨਾਂ ਨੂੰ ਕੁਝ ਜ਼ਰੂਰ ਦੇਣਾ ਚਾਹੀਦਾ, ਹੋਮਲੈਸ ਨੇ ਨਾ, ਅਤੇ ਮੇਰੇ ਮਨ 'ਚ ਬਣਿਆ ਵੀ ਡਾਲਰ ਦਿੱਤੋ ਇਹਨਾਂ ਨੇ ਸਟੋਰ 'ਤੇ ਜਾ ਕੇ 20 ਹੀ ਪੀਣੀ, ਮੈਂ ਚੁੱਪ ਕਰ ਗਿਆ। ਮੈਨੂੰ ਕਹਿੰਦੇ ਮੈਨੂੰ ਪਤਾ ਜੋ ਤੁਹਾਡੇ ਮਨ 'ਚ ਆਉਂਦਾ ਪਿਆ, ਤੁਸੀਂ ਇਹੀ ਕਹਿਣਾ ਨਾ ਵੀ ਇਹ ਲੈ ਕੇ ਉੱਥੇ ਤੁਰ ਜਾਏਗਾ। ਕਹਿਣ ਲੱਗੇ ਜੇ ਏਡੇ ਲੋਕਾਂ ਨੂੰ ਰੱਬ ਸਾਹ ਦੇ ਕੇ ਸਾਂਭੀ ਬੈਠਾ ਤਾਂ ਸਾਨੂੰ ਇਹਨਾਂ ਦਾ ਭਲਾ ਕਰਦਿਆਂ ਇਤਰਾਜ਼ ਕੀ ਹੈ। ਮੈਂ ਹੁਣ ਇੱਥੇ ਬੇਨਤੀ ਕਰਾਂ, ਮੰਗਤਿਆਂ ਵਿੱਚ ਤੂੰ ਮੰਗਤਾ ਹੈ, ਉਹ ਵੀ ਤਾਂ ਤੇਰੀ ਰੂਪ ਨੇ, ਤੂੰ ਹੀ ਤਾਂ ਚੇਤਨ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਉਣਾ,
ਇਹ ਮੰਗਤੇ ਵੀ ਤਾਂ ਤੇਰੀ ਨੇ। ਵਾਹਿਗੁਰੂ ਜੀ ਏਡੀ ਵੱਡੀ ਗੱਲ ਕਹਿਣੀ, ਇਹ ਪਿਆਰ ਵਾਲਾ ਕਹਿ ਸਕਦਾ ਜੀ? ਮੈਨੂੰ ਤੁਸੀਂ ਦੱਸੋ, ਕੋਈ ਕਹੇਗਾ ਰੱਬ ਨੂੰ ਤੂੰ ਮੰਗਤਿਆਂ ਦਾ ਮੰਗਤਾ? ਇੱਥੇ ਬੰਦੇ ਨੂੰ ਮੰਗਤਿਆਂ ਦਾ ਮੰਗਤਾ ਕੋਈ ਸਿਰ ਲਾ ਦਿੰਦਾ? ਇਹ ਉਹੀ ਕਹਿ ਸਕਦਾ ਜਿਹੜਾ ਸੱਚੀ ਮੁੱਚੀ ਰੱਬ ਨੂੰ ਮੁਹੱਬਤ ਕਰਦਾ, ਜਿਹਨਾਂ ਸਰਬ ਵਿਆਪਕ ਦੇਖਿਆ। ਵਾਹਿਗੁਰੂ ਰੰਕਾਨ ਰੰਕ, ਭਿਖਾਰੀਆਂ ਵਿੱਚ ਮੰਗਤਿਆਂ ਵਿੱਚ ਮੰਗਤਾ। ਅੱਗੇ ਹੈ ਕਾਲਾਨ ਕਾਲ, ਕਾਲਾਨ ਕਾਲ, ਇਹਦਾ ਅਰਥ ਹੋ ਗਿਆ, ਕਾਲ ਦਾ ਅਰਥ ਹੈ ਮੌਤ। ਮੌਤ ਸਭ ਨੂੰ ਡਰਾਉਂਦੀ ਹੈ, ਕਾਲਾਨ ਕਾਲ, ਤੁਸੀਂ ਮੌਤ ਦੀ ਵੀ ਮੌਤ ਹੋ। ਇਹਦਾ ਮਤਲਬ ਜਿਹੜਾ ਤੇਰੀ ਬੰਦਗੀ ਕਰੇ ਉਹ ਜਿਉਂਦੇ ਜੀ ਮੌਤ ਤੋਂ ਮੁਕਤ ਹੋ ਜਾਂਦਾ, ਉਹਨੂੰ ਮੌਤ ਦਾ ਭੈ ਨਹੀਂ। ਫਿਰ ਅਰਜ ਹੈ ਕਾਲਾਨ ਕਾਲ, ਜਿਹਨੂੰ ਇੱਕ ਆਪਾਂ ਕਹਿੰਦੇ ਹਾਂ ਕਿ ਜਿਸ ਮਰਨੇ 'ਤੇ ਜੱਗ ਡਰੈ ਮੇਰੇ ਮਨ ਆਨੰਦ। ਮੌਤ ਦਾ ਭੈ ਨਾ ਖਤਮ ਹੋ ਗਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਮੌਤ ਦੀ ਮੌਤ ਹੈ। ਅੱਗੇ ਹੈ ਅਨਭੂਤ ਅੰਗ, ਇਸ ਨੂੰ ਥੋੜ੍ਹਾ ਜਿਹਾ ਸੁਣਿਓ। ਇਹ ਦੋ ਸ਼ਬਦ ਨੇ, ਅਨ ਇਹਦਾ ਅਰਥ ਹੋ ਗਿਆ ਰਹਿਤ, ਅਤੇ ਭੂਤ ਦਾ ਅਰਥ ਆਪਾਂ ਉਦਣ ਵੀ ਕਿਹਾ ਸੀ ਵੀ ਤੱਤ। ਭੂਤ ਦਾ ਅਰਥ ਭ੍ਰਸ਼ਟੀ ਹੋਈ ਰੂਹ ਵੀ ਹੈ। ਉਦਣ ਆਇਆ ਸੀ ਨਮੋ ਪ੍ਰੇਤ ਅਪ੍ਰੇਤੇ, ਇਹ ਸ਼ਬਦ ਆਇਆ ਸੀ, ਤੁਸੀਂ ਪ੍ਰੇਤ ਵੀ ਹੋ ਅਤੇ ਅਪ੍ਰੇਤ ਵੀ, ਪਵਿੱਤਰ ਵੀ। ਇੱਥੇ ਭੂਤ ਦਾ ਅਰਥ ਹੈ ਤੱਤ, ਅਨ ਭੂਤ ਅੰਗ। ਹੁਣ ਅਸੀਂ ਹੁਣੇ ਅਸੀਂ ਪੜ੍ਹ ਕੇ ਆਏ ਹਾਂ ਅਨੰਗ, ਹੁਣ ਕਹਿੰਦੇ ਨੇ ਅੰਗ। ਇੱਥੇ ਅੰਗ ਦਾ ਲਫ਼ਜ਼ੀ ਅਰਥ ਵਜੂਦ। ਫਿਰ ਅਰਜੀ ਇਹ ਨਹੀਂ ਕਰਨਾ, ਸਰੀਰ ਨਹੀਂ ਕਰਨਾ, ਵਜੂਦ ਤੁਹਾਡੀ ਹੋਂਦ। ਅਨਭੂਤ ਅੰਗ ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਹਾਡਾ ਵਜੂਦ ਆ ਪਾਣੀ ਹਵਾ ਮਿੱਟੀ ਆਕਾਸ਼ ਦੇ ਤੱਤਾਂ ਨਾਲ ਨਹੀਂ ਬਣਿਆ। ਤੁਸੀਂ ਤੱਤਾਂ ਦੇ ਬਣਾਉਣ ਵਾਲੇ ਹੋ, ਨਾ ਕਿ ਤੱਤਾਂ ਨੇ ਤੁਹਾਨੂੰ ਬਣਾਇਆ। ਅਨਭੂਤ ਅੰਗ। ਅੱਗੇ ਹੈ ਆਭਾ, ਆਭਾ ਦਾ ਅਰਥ ਚਮਕ, ਜਿਹਨੂੰ ਆਭਾ ਮੰਡਲ ਵੀ ਕਹਿੰਦੇ। ਅਭੰਗ, ਅਭੰਗ ਦਾ ਅਰਥ ਨਾਸ਼ ਰਹਿਤ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਹਾਡਾ ਜਿਹੜਾ ਪ੍ਰਕਾਸ਼ ਹੈ, ਤੁਹਾਡੀ ਜਿਹੜੀ ਚਮਕ ਹੈ ਨਾ, ਇੰਨੀ ਜ਼ਬਰਦਸਤ ਹੈ ਕਿ ਤੁਹਾਡੀ ਚਮਕ ਨੂੰ ਕੋਈ ਖੋ ਹੀ ਨਹੀਂ ਸਕਦਾ। ਜਿੰਨੀ ਮਰਜ਼ੀ ਚਮਕ ਹੋਵੇ, ਸਮੇਂ ਦੇ ਨਾਲ ਰੰਗ ਢਲ ਜਾਂਦੇ ਨਾ। ਆਭਾ, ਅਭੰਗ। ਅੱਗੇ ਮਹਾਰਾਜ ਜੀ ਕਹਿੰਦੇ ਗਤ ਮਿਤ ਅਪਾਰ। ਗਤ ਦਾ ਅਰਥ ਹਾਲਤ ਵੀ ਹੈ, ਮਿਤ ਦਾ ਅਰਥ ਮਿਣਤੀ ਵੀ ਹੈ, ਮਿਣਤੀ ਹੈ। ਗਤ ਦਾ ਅਰਥ ਗਤੀ ਮੁਕਤੀ ਵੀ ਹੈ। ਗਤ ਮਿਤ ਅਪਾਰ, ਜੇ ਕੋਈ ਇਹ ਕਹੇ ਜੀ ਮੈਂ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨ ਲੱਗਾ, ਉਸ ਅਵਸਥਾ ਨੂੰ ਬਿਆਨ ਕਰਨ ਲੱਗਾ, ਨਾ ਤੁਮਰੀ ਗਤ ਮਿਤ ਤੁਮ ਹੀ ਜਾਣੀ। ਤੁਹਾਡੀ ਕੋਈ ਗਤ ਮਿਤ ਜਾਣ ਸਕਦਾ? ਕੋਈ ਨਹੀਂ ਜਾਣ ਸਕਦਾ। ਇੱਥੋਂ ਤੱਕ ਪਿਆਰਿਓ, ਇੱਕ ਸ਼ਬਦ ਮੈਂ ਆਪ ਨੂੰ ਚਲੋ ਪੜ੍ਹ ਲੈਂਦੇ ਹਾਂ, ਸੌਖਾ ਲੱਗਦਾ ਪਿਆ ਅਰਥ ਕਰਨੇ। ਇਹ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਫੇ ਨਾ ਦੇਖਾ, ਸੁਪਨੇ ਸੌਣ ਨਾ ਥਾਉ, ਫੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ। ਉਹਦੀ ਗਤ ਮਿਤ ਕੋਈ ਲਿਖ ਸਕਦਾ? ਕਬੀਰ ਸਾਤ ਸਮੁੰਦਰ ਮਸ ਕਰੂੰ, ਕਲਮ ਕਰੂੰ ਬਨਰਾਏ, ਬਸਦਾ ਕਾਗਜ਼ ਜੋ ਕਰੂੰ ਖਰ ਜਸ ਲਿਖਣ ਨਾ ਜਾਏ। ਤੂੰ ਸੁਲਤਾਨ ਕਹਾ ਹੋਮੀਆ, ਤੇਰੀ ਕਵਨ ਵਡਾਈ। ਸਾਡੀ ਅਸੀਂ ਕੋਈ ਤੇਰੀ ਸਿਫਤ ਕਰ ਸਕਦੇ ਹਾਂ? ਗਤ ਮਿਤ ਅਪਾਰ, ਅਪਾਰ ਦਾ ਅਰਥ ਬੰਦ ਕਹਿ ਲਓ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੁਹਾਡੀ ਗਤ ਮਿਤ ਦਾ ਕੋਈ ਅੰਤ ਹੀ ਨਾ, ਕੋਈ ਗਿਣਤੀ ਨਾ, ਕੋਈ ਹਾਲਾਤ ਹਾਲਤ ਦੱਸ ਸਕਦਾ ਨਾ ਅਵਸਥਾ। ਅੱਗੇ ਮਹਾਰਾਜ ਕਹਿੰਦੇ ਨੇ ਭਾਈ ਗੁਣ ਗਨ ਉਦਾਰ, ਆਪਾਂ ਇਹਦੇ ਅਰਥ ਕਰਕੇ ਆਏ ਹਾਂ। ਆਪ ਜੀ ਗੁਣਾਂ ਦਾ ਸਮੂਹ, ਬੜੇ ਗੁਣ ਨੇ ਤੁਹਾਡੇ, ਅਤੇ ਸਖੀ ਦਿਲ, ਉਦਾਰ ਚਿੱਤ, ਕੰਜੂਸ ਨਹੀਂ।
ਅੱਗੇ ਮਹਾਰਾਜ ਕਹਿੰਦੇ ਨੇ ਮੁੰਨ ਗਨ ਪ੍ਰਣਾਮ। ਫਿਰ ਸੁਣਿਓ, ਮੁੰਨ ਇਹਦਾ ਅਰਥ ਹੋ ਗਿਆ ਰਿਸ਼ੀ ਮੁਨੀ, ਗਨ ਦਾ ਅਰਥ ਹੋ ਗਿਆ ਸਮੂਹ, ਫਿਰ ਮੈਂ ਅਰਥ ਕਰਾਂਗਾ ਗਣ, ਅਰਥ ਮੈਂ ਗਣ ਕਰ ਰਿਹਾ ਲਿਖਿਆ ਗਨ ਕਹਿ ਸਮੂਹ। ਪ੍ਰਣਾਮ ਦਾ ਅਰਥ ਹੁੰਦਾ ਮੱਥਾ ਟੇਕਣਾ, ਨਮਸਕਾਰ ਕਰਨੀ। ਹਜ਼ੂਰ ਬਚਨ ਕਰ ਰਿਹਾ ਮੁੰਨ ਗਨ ਪ੍ਰਣਾਮ, ਰਿਸ਼ੀਆਂ ਮੁਣਾ ਮੁਨੀਆਂ ਦੇ ਜਿਹੜੇ ਇਕੱਠਾਂ ਦੇ ਇਕੱਠ ਨੇ, ਸਮੂਹਾਂ ਦੇ ਸਮੂਹ ਨੇ, ਬੇਅੰਤ ਰਿਸ਼ੀ ਜਿਹੜੇ ਨੇ, ਤੈਨੂੰ ਮੱਥਾ ਪੈ ਟੇਕਦੇ। ਫਿਰ ਬੇਨਤੀ, ਨਿਰਭੈ, ਭੈ ਤੋਂ ਰਹਿ ਤੋ, ਕੋਈ ਭੈ ਨਹੀਂ ਤੁਹਾਨੂੰ। ਅੱਗੇ ਮਹਾਰਾਜ ਕਹਿੰਦੇ ਨਿਕਾਮ, ਇਹਦੇ ਇਉਂ ਅਰਥ ਕਰ ਲਈਏ ਨਿਸਕਾਮ ਜਾਂ ਕਹਿ ਲਓ ਜਾਂ ਕਾਮਨਾ ਤੋਂ ਰਹਿਤ, ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜਿਹਨੂੰ ਕੋਈ ਕਾਮਨਾ ਨਹੀਂ, ਕਾਮਨਾ ਤੋਂ ਰਹਿਤ ਹੋ। ਅੱਗੇ ਸਤਿਗੁਰੂ ਕਹਿ ਰਹੇ ਨੇ ਅਤ ਦੁੱਤ ਪ੍ਰਚੰਡ। ਅਤ ਅਸੀਂ ਵੈਸੇ ਅਰਥ ਕਰਨੇ ਹਾਂ ਪੰਜਾਬੀ ਵਿੱਚ ਵੀ, ਇਹ ਅਤ ਦਾ ਅਰਥ ਬਹੁਤ ਜ਼ਿਆਦਾ ਸਿਰ ਹੀ ਲੱਗ ਜਾਏ, ਅਤੇ ਉਂਝ ਸਿਆਣੇ ਲੋਕ ਇਹ ਕਹਿੰਦੇ ਆ ਵੀ ਅਤ ਅਤੇ ਅੰਤ ਅੱਖਰ ਇੰਨੇ ਕੁ ਲੱਗਦੇ ਆ, ਉਹ ਅਤ ਦਾ ਅਰਥ ਅਖੀਰ, ਜਿਹੜਾ ਬੰਦਾ ਅਤ ਚੁੱਕ ਲੈ ਸਮਝੋ ਅੰਤ ਆਇਆ ਪਿਆ ਉਹਦਾ, ਇੱਕ ਟਿੱਪੀ ਲੱਗਦੀ ਬਸ, ਬਸ ਅੱਧਾ ਘੁੰਮ ਕੇ ਟਿੱਕੀ ਟਿੱਪੀ ਬਣ ਜਾਂਦਾ। ਇੱਥੇ ਅਤ ਦਾ ਅਰਥ ਬਹੁਤ, ਦੁੱਤ ਦਾ ਲਫਜ਼ੀ ਅਰਥ ਹੈ ਜੀ ਤੇਜ, ਅਤੇ ਪ੍ਰਚੰਡ ਦਾ ਅਰਥ ਕਹਿ ਲਓ ਵੀ ਜੋ ਝੱਲਿਆ ਨਾ ਜਾ ਸਕੇ। ਅਤ ਦੁੱਤ ਪ੍ਰਚੰਡ, ਤੁਹਾਡਾ ਤੇਜ ਪ੍ਰਤਾਪ ਇੰਨਾ ਕਿ ਕੋਈ ਇਸ ਨੂੰ ਝੱਲ ਹੀ ਨਹੀਂ ਸਕਦਾ। ਮੂਸਾ ਨੇ ਇੱਕੋ ਗੱਲ ਕਹੀ ਸੀ, ਥੋੜ੍ਹੀ ਜਿਹੀ ਝਲਕ ਦਿਓ, ਉਹਨੇ ਤਾਂ ਕਿ ਝੱਲਣਾ ਸੀ, ਕੈਤੂਰ ਪਰਬਤ ਸੜ ਕੇ ਸੁਰਮਾ ਬਣ ਗਿਆ ਸੀ। ਤੁਹਾਡੇ ਤੇਜ ਪ੍ਰਤਾਪ ਨੂੰ ਕੋਈ ਝੱਲ ਸਕਦਾ? ਸ਼੍ਰੀਮਾਨ ਸਰਦਾਰ ਕਪੂਰ ਸਿੰਘ ਜੀ, ਮੈਂ ਕਈ ਵਾਰੀ ਉਹਨਾਂ ਦਾ ਜ਼ਿਕਰ ਕਰਨਾ, ਇਹ ICS, ਉਹ ਯੂਨੀਵਰਸਿਟੀ ਬੋਲਣ ਗਏ ਅਤੇ ਉੱਥੇ ਵਾਈਸ ਚਾਂਸਲਰ ਬੈਠੇ, ਪ੍ਰੋਫੈਸਰ ਸਾਹਿਬ ਬੈਠੇ, ਉਹਨਾਂ ਨੇ ਸਰਦਾਰ ਸਾਹਿਬ ਨੂੰ ਵਿਸ਼ਾ ਜਿਹੜਾ ਲਿਖ ਕੇ ਭੇਜਿਆ ਸੈਮੀਨਾਰ 'ਚ, ਵੀ ਗੁਰੂ ਗੋਬਿੰਦ ਸਿੰਘ ਦਾ ਜਲਾਲੀ ਰੂਪ, ਜਲਾਲੀ ਰੂਪ 'ਤੇ ਤੁਸੀਂ ਬੋਲਣਾ। ਉਹਨਾਂ ਨੇ ਜੀ ਉੱਠ ਕੇ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੇ ਪਹਿਲੇ ਸ਼ਬਦ ਕਹੇ, ਉਹ ਕਹਿੰਦੇ ਆ ਤੁਸੀਂ ਬੜੇ ਪੜ੍ਹੇ ਲਿਖੇ ਹੋ, ਪ੍ਰੋਫੈਸਰ ਸਾਹਿਬਾਨ ਹੋ, ਵਿਦਿਆਰਥੀ ਬੈਠੇ ਹੋ, ਕਈ ਕਈ ਡਿਗਰੀਆਂ ਵਾਲੇ ਬੈਠੇ ਹੋ, ਜਿਹੜਾ ਤੁਸੀਂ ਸਬਜੈਕਟ ਮੈਨੂੰ ਭੇਜ ਦਿੱਤਾ, ਮੈਂ ਤਾਂ ਬੋਲਾਂ ਕੀ? ਦੋ ਸ਼ਬਦ ਕਹਿ, ਕਹਿੰਦੇ ਮੇਰੇ ਖਾਤੇ 'ਚ ਤੁਸੀਂ ਰੀਲ ਵਾਲਾ ਕੈਮਰਾ ਪਕੜਾ ਦਿੱਤਾ। ਉਹ ਪਹਿਲਾਂ ਰੀਲ ਵਾਲੇ ਕੈਮਰੇ ਪੈਂਦੇ ਸਨ, ਫੋਟੋਆਂ ਖਿੱਚਦੇ ਸਨ, ਰੀਲ ਤੋਂ ਆਣ ਜਾਂਦੇ ਸਨ, ਤੁਸੀਂ ਮੈਨੂੰ ਰੀਲ ਵਾਲਾ ਕੈਮਰਾ ਦੇ ਦਿੱਤਾ ਅਤੇ ਕੈਮਰਾ ਪਕੜਾ ਕੇ ਕਹਿੰਦੇ ਹੋ ਸੂਰਜ ਦੇ ਕੋਲ ਖਲੋ ਕੇ ਸਾਹਮਣੇ ਇਹਦੀਆਂ ਫੋਟੋਆਂ ਖਿੱਚ ਕੇ ਲਿਆ। ਮੈਨੂੰ ਦੱਸੋ ਸੂਰਜ ਦੇ ਕੋਲ ਜਾ ਕੇ ਕਦੀ ਕੋਈ ਫੋਟੋ ਖਿੱਚ ਕੇ ਵਾਪਸ ਆਇਆ? ਕੈਮਰਾ ਵੀ ਭਸਮ ਹੋ ਜਾਂਦਾ ਅਤੇ ਖਿੱਚਣ ਵਾਲਾ ਵੀ ਕਹਿੰਦਾ ਗੁਰੂ ਗੋਬਿੰਦ ਸਿੰਘ ਸੂਰਜਾਂ ਦਾ ਸੂਰਜ ਹੈ, ਕਿਹੜਾ ਜੰਮਿਆ ਉਹਦੇ ਪ੍ਰਚੰਡ ਨੂੰ ਬਿਆਨ ਕਰ ਸਕੇਗਾ? ਮੇਰੀ ਬੇਨਤੀ ਹੈ, ਵਾਹਿਗੁਰੂ ਦਾ ਤੇਜ ਪ੍ਰਤਾਪ ਕੋਈ ਝੱਲ ਸਕਦਾ ਜੀ? ਨਹੀਂ ਝੱਲਿਆ ਜਾ ਸਕਦਾ। ਅਤ ਦੁੱਤ ਪ੍ਰਚੰਡ, ਹੇ ਪਰਮਾਤਮਾ ਵਾਹਿਗੁਰੂ ਜੀ, ਤੁਹਾਡੀ ਇਸ ਆਭਾ ਨੂੰ, ਤੁਹਾਡੇ ਇਸ ਪ੍ਰਚੰਡ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਮਿਤ ਗਤ ਅਖੰਡ, ਅਸੀਂ ਮਿਤ ਗਤ ਦੇ ਅਰਥ ਕਰ ਰਹੇ ਹਾਂ, ਮਿਣਤੀ ਗਤ ਦੇ ਅਰਥ ਹਾਲਤ, ਅੱਗੇ ਅਖੰਡ ਦਾ ਅਰਥ ਹੈ ਇੱਕ ਰਸ, ਇਹਦਾ ਅਰਥ ਯੂੰ ਕਰਾਂਗੇ, ਇਹ ਨਹੀਂ ਕਿ ਅੱਜ ਤਾਕਤ ਵਾਲਾ ਕੱਲ੍ਹ ਨੂੰ ਜੋ ਮਰਜ਼ੀ ਬੋਲ ਦਿਓ। ਕਹਿਣ ਲੱਗੇ ਤੇਰੀ ਗਤ ਮਿਤ ਇੰਨੀ ਅਖੰਡੇ ਨੇ ਕਦੀ ਘਟਣੀ ਕੋਈ ਨਹੀਂ, ਇਸ ਤਰ੍ਹਾਂ ਰਹਿਣਾ ਜਿਵੇਂ ਹੁਣ ਹੈ। ਅੱਗੇ ਗੁਰੂ ਜੀ ਕਹਿੰਦੇ ਨੇ ਆਲਿਸਿਆ ਕਰਮ, ਸ਼ਬਦ ਹੈ ਆਲਸ, ਆਲਸ ਤੋਂ ਬਣਿਆ,
ਜਿਹਨੂੰ ਕੋਈ ਉੱਦਮ ਨਾ ਕਰਨਾ ਪਏ, ਜਿਹਦੇ ਨੇੜੇ ਆਲਸ ਨਹੀਂ ਆਉਂਦਾ, ਇਉਂ ਕਹਿ ਲਓ ਅਲਿਸਿਆ ਕਰਮ ਵਾਹਿਗੁਰੂ ਜੀ, ਤੁਹਾਨੂੰ ਆਪਣੇ ਕੰਮਾਂ ਲਈ ਉਚੇਚੇ ਉੱਦਮ ਨਹੀਂ ਕਰਨੇ ਪੈਂਦੇ। ਮੈਂ ਫਿਰ ਬੇਨਤੀ ਕਰਾਂਗਾ ਜੀ ਕਿ ਜਿਹਨੂੰ ਕੋਈ ਆਲਸ ਹੀ ਨਹੀਂ ਜੀ, ਆਲਸ ਤੋਂ ਰਹਿ ਤੇ ਹੁਣ ਬੰਦਾ, ਮਹਾਰਾਜ ਕਹਿੰਦੇ ਨੇ ਤੁਹਾਨੂੰ ਕਰਮ ਕਰਨ ਲੱਗਿਆਂ ਕੋਈ ਉਚੇਚੇ ਉੱਦਮ ਦੀ ਲੋੜ ਨਹੀਂ। ਹੁਣ ਇਹ ਥੋੜ੍ਹਾ ਉੱਠ ਕੇ ਕਹਿਣਾ ਫਲਾਣੇ ਨੂੰ ਖਤਮ ਕਰਨਾ ਇਸ ਤਰ੍ਹਾਂ, ਮਹਾਰਾਜ ਕਹਿੰਦੇ ਆ ਕੇ ਝਮਕੇ ਦੇ ਸਭ ਕੋਈ ਤਬਾਹ, ਹਰਨ ਭਰਨ ਜਾ ਕਾ ਨੇਤਰ ਫੋਰ। ਅੱਗੇ ਸਤਿਗੁਰੂ ਕਹਿੰਦੇ ਨੇ ਅਦ੍ਰਿਸ਼ ਧਰਮ, ਇੱਥੇ ਅਦ੍ਰਿਸ਼ ਦਾ ਅਰਥ ਅਦ੍ਰਿਸ਼ਟ ਨਹੀਂ, ਅਦ੍ਰਿਸ਼ ਦਾ ਅਰਥ ਅਦਰਸ਼ਕ, ਧਰਮ ਦਾ ਅਰਥ ਹੈ ਫਰਜ਼ ਕਾਨੂੰਨ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਹੜੇ ਆਪ ਜੀ ਦੇ ਫਰਜ਼ ਸ਼ਨਾਸੀ ਹੈ, ਜਿਹੜੇ ਤੁਸੀਂ ਫਰਜ਼ ਬਣਾਉਂਦੇ ਪਏ ਹੋ, ਇਹ ਆਦਰਸ਼ਕ ਨੇ, ਦੁਨੀਆ ਵਾਸਤੇ ਮਿਸਾਲ ਨੇ, ਉਦਾਹਰਨ ਦੇ ਤੌਰ 'ਤੇ। ਕੀ ਇਹ ਫਰਜ਼ ਜੀ? ਇੱਕ ਮਾਂ ਦੀ ਕੁੱਖ 'ਚ ਬੱਚਾ ਜਨਮ ਲੈ ਰਿਹਾ, ਮਾਂ ਨੂੰ ਵੀ ਕੋਈ ਪਤਾ ਨਹੀਂ। ਇੱਕ ਬਚਨ ਮੈਂ ਇੱਕ ਵਾਰ ਆਪਣਾ ਸਾਂਝਾ ਕੀਤਾ ਸੀ, ਪ੍ਰਥਮ ਹੈ ਮਾਖਣ ਪਾਛੈ ਦੂਧ ਮੈਲੋ ਕੀਨੋ ਸਾਬਣ ਸੂਦ। ਬੱਚੇ ਦਾ ਜਨਮ ਨਹੀਂ ਹੋਇਆ, ਮਾਂ ਦੇ ਜਿਸਮ ਦੇ ਸੀਨੇ ਵਿੱਚ ਪਰਮਾਤਮਾ ਨੇ ਉਹਦੀ ਫੀਡ ਨੂੰ ਇਸ ਤਰ੍ਹਾਂ ਜਮਾ ਦਿੱਤਾ ਜਿਵੇਂ ਮੱਖਣ ਸਟੋਰ ਕੀਤਾ ਹੋਇਆ। ਇਹਨੂੰ ਫਿਰ ਸੁਣਿਆ, ਜੇ ਮੱਝਾਂ ਚੁੰਦੇ ਸਨ ਜਦੋਂ, ਉਹਨੂੰ ਵਾਸ਼ਨ ਨਾਲ ਨਹੀਂ ਲੈਣਾ, ਜਦੋਂ ਪਹਿਲੀਆਂ ਧਾਰਾਂ ਕੱਢਦੇ ਸਾਂ ਕਿੰਨਾ ਮੋਟਾ ਦੁੱਧ ਸੀ। ਹਾਂਜੀ, ਬੜਾ ਮੁਸ਼ਕਲ ਹੁੰਦਾ ਸੀ ਪਹਿਲੀ ਚਵਾਈ ਜਿਹੜੀ ਗਾਂ ਮੱਝ ਦੀ। ਕਹਿੰਦੇ ਵਾਹਿਗੁਰੂ ਤੇਰਾ ਕੈਸੇ ਕਮਾਲ ਦਾ ਫਰਜ਼ ਹੈ, ਨਾ ਮਾਂ ਕਹਿ ਰਹੀ ਹੈ ਨਾ ਬੱਚਾ ਕਹਿ ਰਿਹਾ, ਤੈਨੂੰ ਪਤਾ ਹੈ ਨਾ, ਅਤੇ ਤੁਸੀਂ ਪਹਿਲਾਂ ਦੁੱਧ ਜਮ੍ਹਾਂ ਕਰੀ ਜਾਂਦੇ ਹੋ, ਮੱਖਣ ਬਣਾਇਆ, ਅਤੇ ਜਿੱਦਣ ਇਹਨੇ ਨਿਆਣੇ ਨੇ ਜਨਮ ਲੈਣਾ ਉੱਦਣ ਹੀ ਪਗਲਾ ਕੇ ਤੂੰ ਦੁੱਧ ਬਣਾ ਦੇਣਾ। ਫਿਰ ਬੇਨਤੀ, ਦਾਤਾ ਕਰਤਾ ਆਪ ਤੂੰ, ਇਹ ਤੁਹਾਡਾ ਫਰਜ਼ ਹੈ, ਤੁਸੀਂ ਕਰਤੇ ਬਾਅਦ ਵਿੱਚੋਂ ਦਾਤੇ ਪਹਿਲਾਂ ਹੋ। ਮੇਰੇ ਕਹਿਣ ਤੋਂ ਮੁਰਾਦ ਵਾਹਿਗੁਰੂ ਆਪਣੇ ਫਰਜ਼ ਸਨਾਸੀ ਤੋਂ ਦੌੜਦੇ ਨਹੀਂ, ਅਦ੍ਰਿਸ਼ ਧਰਮ ਆਦਰਸ਼ਕ ਧਰਮ ਹੈ ਉਹਦਾ। ਅੱਗੇ ਮਹਾਰਾਜ ਕਹਿੰਦੇ ਸਰਬਾ ਪਰਨਾਢਿਆ, ਇਹਦਾ ਅਰਥ ਹੈ ਜੀ, ਸਰਬਾ ਦਾ ਅਰਥ ਹੋ ਗਿਆ ਸਾਰੇ, ਅਤੇ ਅਗਲਾ ਲਫ਼ਜ਼ ਜਿਹੜਾ ਹੈ ਜੀ ਉਹ ਸਭ ਨੂੰ ਭਰਨ ਵਾਲਾ ਹੈ। ਇਹਦੇ ਅਰਥ ਇਹ ਵੀ ਕੀਤੇ ਨੇ, ਤੇਰੀ ਜੋ ਕੁਝ ਅਸੀਂ ਦੇਖਦੇ ਹਾਂ ਇਹ ਚਾਰ ਚੁਫੇਰੇ ਤੇਰੀ ਹੀ ਸਜਾਵਟ ਹੈ, ਸਭ ਨੂੰ ਸੋਹਣੇ ਬਣਾਉਣ ਵਾਲੇ ਤੁਸੀਂ ਹੋ। ਅੱਗੇ ਗੁਰੂ ਜੀ ਕਹਿੰਦੇ ਨੇ ਅੰਨ ਡੰਡ, ਡੰਡ ਦਾ ਗੇਤਰ ਅੰਨ, ਅੰਨ ਡੰਡ ਵਾਢਿਆ, ਵਾਢਿਆ ਦਾ ਅਰਥ ਹੈ ਸੱਚਮੁੱਚ ਪੱਕੇ ਤੌਰ 'ਤੇ ਯਕੀਨੀ। ਅੰਨ ਡੰਡ ਦਾ ਅਰਥ ਹੈ ਜਿਹਨੂੰ ਡੰਡ ਕਿਸੇ ਨਹੀਂ ਦੇਣਾ। ਸਤਿਗੁਰੂ ਕਹਿ ਰਹੇ ਨੇ ਗੱਲ ਮੈਂ ਪੱਕੇ ਤੌਰ 'ਤੇ ਕਹਿ ਰਿਹਾ, ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਮੇਰੀ ਵਾਹਿਗੁਰੂ ਨੂੰ ਕੋਈ ਸਜ਼ਾ ਦੇ ਸਕੇ। ਤੁਸੀਂ ਡੰਡ ਤੋਂ ਰਹਿਤ ਹੋ, ਸਜ਼ਾ ਤੋਂ ਰਹਿਤ ਹੋ, ਇਹ ਸਤਿਗੁਰਾਂ ਨੇ ਮੱਧ ਪਾਰ ਛੰਦ ਕਿਹਾ। ਅੱਗੇ ਹੈ ਜੀ ਚਾਚਰੀ ਛੰਦ ਤੁਹੈ ਪ੍ਰਸਾਦ, ਇਸ ਦਾ ਅਭਿਆਸ ਕਮਾਈ ਵਾਲੇ ਬਹੁਤ ਕਰਦੇ ਰਹੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਹ ਬਹੁਤ ਬਚਨ ਪੜ੍ਹਦੇ ਰਹੇ ਚਾਚਰੀ ਛੰਦ। ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ। ਹੁਣ ਅਰਥ ਚੌਕੀ ਚਾਚਰੀ ਛੰਦ ਆਪਾਂ ਉਹਦੇ ਛੰਦਾਬੰਦੀ ਦੱਸੀ ਸੀ, ਤੇਰੀ ਕਿਰਪਾ ਨਾਲ ਵਾਹਿਗੁਰੂ ਜੀ ਚਾਚਰੀ ਛੰਦ ਕਹਿ ਰਹੇ ਹਾਂ। ਕੀ ਹੈ ਗੋਬਿੰਦੇ? ਗੋ ਦਾ ਅਰਥ ਗਾਂ ਵੀ ਹੁੰਦਾ, ਗੋ ਦਾ ਅਰਥ ਧਰਤੀ ਵੀ ਹੁੰਦਾ, ਅਤੇ ਵਿੰਦ ਦਾ ਅਰਥ ਸਹਾਰਾ ਵੀ ਹੈ, ਅਤੇ ਵਿੰਦ ਦਾ ਅਰਥ ਜਾਣਨ ਵਾਲਾ ਵੀ ਹੈ। ਗੋਬਿੰਦੇ ਇਹਦਾ ਅਰਥ ਹੋ ਗਿਆ ਕਿ ਵਾਹਿਗੁਰੂ ਜੀ ਤੁਸੀਂ ਧਰਤੀ ਦੇ ਸਾਰੇ ਜੀਵਾਂ ਦੀ ਜਾਣਨ ਵਾਲੇ ਹੋ,
ਇਉਂ ਅਰਥ ਕਰ ਲਈ, ਜੀਵਾਂ ਮੈਂ ਸ਼ਬਦ ਆਪਣੇ ਕੋਲੋਂ ਲਾਇਆ। ਗੋਬਿੰਦੇ, ਤੁਸੀਂ ਸਭ ਦੇ ਦਿਲ ਦੀ ਜਾਣਦੇ ਹੋ, ਧਰਤੀ ਦਾ ਕੋਈ ਜੀਵ ਐਸਾ ਨਹੀਂ। ਅੱਗੇ ਕਹਿ ਮੁਕੰਦੇ, ਸੰਸਕ੍ਰਿਤ ਦਾ ਸ਼ਬਦ ਹੈ ਮੁਕੰਦ, ਮੁਕੁੰਦ ਸ਼ਬਦ ਅਸਲ ਸੰਸਕ੍ਰਿਤ ਦਾ ਮੁਕੁੰਦ ਹੈ। ਇਹਦਾ ਅਰਥ ਮੁਕ ਦਾ ਅਰਥ ਹੈ ਮੁਕਤੀ। ਜਦੋਂ ਦੱਦਾ ਨਾਲ ਲੱਗ ਗਿਆ ਮੁਕੰਦੇ, ਦੇ ਦਾ ਅਰਥ ਹੈ ਦੇਣ ਵਾਲਾ। ਮੁਕੰਦੇ, ਜੇ ਤੁਸੀਂ ਧਰਤੀ ਦੇ ਸਾਰੇ ਜੀਵਾਂ ਨੂੰ ਜਾਣਨ ਵਾਲੇ ਹੋ ਤੇ ਸਾਰੇ ਜੀਵਾਂ ਨੂੰ ਮੁਕਤੀ ਦੇਣ ਵਾਲੇ ਵੀ ਤੁਸੀਂ। ਫਿਰ ਬੇਨਤੀ ਗੋਬਿੰਦੇ ਮੁਕੰਦੇ। ਅੱਗੇ ਗੁਰੂ ਜੀ ਕਹਿੰਦੇ ਨੇ ਉਧਾਰੇ, ਵਾਹਿਗੁਰੂ ਉਧਾਰ ਦੇ ਲਿਖੈ, ਸੱਚੀ ਮੁੱਚੀ ਸਖੀ ਦੇ ਲਿਖੈ, ਉਹ ਸਭ 'ਤੇ ਮਿਹਰ ਕਰਦੇ ਨੇ। ਅਪਾਰੇ, ਆਪ ਜੀ ਦਾ ਅੰਤ ਨਹੀਂ ਕੋਈ ਪਾ ਸਕਦਾ। ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਤੁਸੀਂ ਜਾਣਨ ਵਾਲੇ, ਰਹਿਮਤਾਂ ਦੇਣ ਵਾਲੇ, ਸਭ ਦਾ ਉਧਾਰ ਕਰਨ ਵਾਲੇ। ਅਪਾਰੋ ਹਰੀਅੰਗ, ਹੇ ਮੇਰੇ ਵਾਹਿਗੁਰੂ ਜੀ, ਹਰੀਅੰਗ ਦਾ ਅਰਥ ਹੈ ਨਾਸ਼ ਕਰਨਾ, ਸਭ ਦੀ ਤਬਾਹੀ ਨਾਸ਼ ਵੀ ਤੁਸੀਂ ਕਰਨਾ। ਕਰੀਅੰਗ, ਅਤੇ ਜੇ ਨਾਸ਼ ਹੋ ਜਾਏਗਾ ਖੇਡ ਵਿਗੜ ਥੋੜ੍ਹਾ ਜਾਣੀ, ਤੁਸੀਂ ਫਿਰ ਬਣਾ ਦੇਣੀ ਹੈ। ਫਿਰ ਬੇਨਤੀ ਹੈ ਹਰੀਅੰਗ ਕਰੀਅੰਗ। ਨਿਰਨਾਮੇ, ਨਿਰਨਾਮੇ ਨਾਮ ਤੋਂ ਬਿਨਾਂ ਹੋ, ਕਿਹੜਾ ਤੁਹਾਡਾ ਨਾਮ ਹੈ। ਅਕਾਮੇ, ਐੜਾ ਗੇਤਰ ਲੱਗਾ, ਕਾਮੇ ਦਾ ਅਰਥ ਹੁੰਦਾ ਕਾਮਨਾ, ਕਾਮਨਾ ਸੀ ਪੈਣੇ ਕਾਮ। ਕੋਈ ਤੁਹਾਨੂੰ ਕਿਸੇ ਕਿਸਮ ਦਾ ਕੋਈ ਨਾਂ ਨਹੀਂ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ। ਫਿਰ ਬੇਨਤੀ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰਗ ਕਰਿੰਗ ਨਾਮੇ ਅਕਾਮੇ। ਅੱਗੇ ਹੈ ਭੁਜੰਗ, ਭੁਜੰਗ ਪ੍ਰਯਾਤ ਛੰਦ। ਇਹ ਸਤਿਗੁਰਾਂ ਨੇ ਸ਼ਬਦ ਵਰਤਿਆ। ਫਿਰ ਚਤਰ, ਚੱਕਰ, ਕਰਤਾ। ਉੱਥੇ ਸੀ ਚੱਕਰ ਚਿਹਨ, ਉਹ ਚੱਕਰ ਅਰਥ ਹੋਰ ਸਨ, ਉਹਦਾ ਅਰਥ ਸੀ ਗੋਲ। ਹਾਂਜੀ, ਤੁਹਾਡਾ ਮੈਂ ਉੱਥੇ ਪਹਿਲੇ ਦਿਨ ਅਰਥ ਕੀਤੇ ਸਨ, ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨੇ ਜੀ। ਉੱਥੇ ਚੱਕਰ ਦਾ ਅਰਥ ਹੈ ਗੋਲਾਈ 'ਚ, ਜਿਹੜੀਆਂ ਸਾਡੀਆਂ ਹੱਥਾਂ ਦੀਆਂ ਬਰੀਕ ਲੀਕਾਂ ਨਹੀਂ ਗੋਲ ਗੋਲ ਘੁੰਮਦੀਆਂ, ਉਹ ਚੱਕਰ। ਇੱਥੇ ਇਹ ਚੱਕਰ ਦਾ ਅਰਥ ਹੈ ਦਿਸ਼ਾ, ਪਾਸਾ। ਚਤਰ, ਚੱਕਰ, ਕਰਤਾ, ਕਰਤਾ ਦਾ ਅਰਥ ਬਣਾਉਣ ਵਾਲਾ। ਇਹਦੇ ਲਫਜ਼ੀ ਅਰਥ ਇਹ ਨੇ ਕਿ ਮੇਰੇ ਪ੍ਰਭੂ ਜੀ, ਚੌਵਾਂ ਕੁੰਟਾਂ ਦੇ ਜੀਵਾਂ ਨੂੰ ਪੈਦਾ ਕਰਨ ਵਾਲੇ ਤੁਸੀਂ ਹੋ। ਮੈਂ ਜੀਵਾਂ ਸ਼ਬਦ ਵਰਤਿਆ ਹੋਈ ਤਾਂ ਧਰਤੀ ਵੀ ਤੋਂ ਨਹੀਂ ਪੈਦਾ ਕੀਤੀ, ਹੋਰ ਸੌਖੇ ਕਰ ਲਈਏ, ਚਾਰੇ ਕੁੰਟਾਂ ਵਿੱਚ ਜੋ ਬਣਾਇਆ ਪੈਦਾ ਕੀਤਾ, ਇਹਦੇ ਪੈਦਾ ਕਰਤੇ ਤੁਸੀਂ ਹੋ। ਕਰਤਾ ਦਰਤੇ ਕ੍ਰੀਏਟਰ ਬਣਾਉਣ ਵਾਲਾ। ਚਤਰ, ਚੱਕਰ, ਖਰਤਾ, ਅਤੇ ਖਰਤਾ ਦਾ ਲਫਜ਼ੀ ਅਰਥ ਹੁੰਦਾ ਨਾਸ਼ ਕਰਨ ਵਾਲਾ। ਜੇ ਚਾਰ ਚੁਫੇਰੇ ਸਭ ਕੁਝ ਤੁਸੀਂ ਬਣਾਇਆ ਅਤੇ ਚਾਰ ਚੁਫੇਰੇ ਜੋ ਕੁਝ ਬਣਿਆ ਹੋਇਆ ਇੱਕ ਦਿਨ ਲੈ ਵੀ ਤੁਸੀਂ ਕਰਨਾ, ਨਾਸ਼ ਵੀ ਤੁਸੀਂ ਕਰਨਾ। ਜਬ ਉਦ ਕਰ ਕਰਾ ਕਰਤਾਰਾ, ਪਰਜਾ ਧਰਤਬ ਦੇ ਅਪਾਰਾ, ਜਬ ਆ ਕਰ ਕਰਤ ਹੋ ਕਬ ਮੂੰਹ, ਤੂੰ ਮੈਂ ਮਿਲਤ ਦੇ ਦਰ ਸਭ। ਕਰਤਾ ਹਰਤਾ ਹੋਈ ਹੈ ਨਾ, ਇਸੇ ਕਰਕੇ ਗੁਰੂ ਜੀ ਨੇ ਜਿੱਥੇ ਹਿੰਦੂਇਜ਼ਮ ਦੇ ਵੱਖਰੇ ਵੱਖਰੇ ਨੇ, ਸਖਿਮਾ ਕਰੋ ਇਸਲਾਮ ਵਿੱਚ ਵੀ ਵੱਖਰੇ ਵੱਖਰੇ ਜਿਹੜੇ ਨੇ ਫਰਿਸ਼ਤੇ ਨੇ। ਆ ਹਿੰਦੂਇਜ਼ਮ ਨੇ ਕਿਹਾ ਵਿਸ਼ਨੂੰ ਬ੍ਰਹਮ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ। ਮਹਾਰਾਜ ਕਹੇ ਨਹੀਂ ਨਹੀਂ, ਇਹ ਤਿੰਨ ਨਹੀਂ, ਜਿਵ ਤਿਸ ਭਾਵੈ, ਜਿਹੜਾ ਚਤਰ ਚੱਕਰ ਕਰਤਾ ਵੋ ਹੀ ਬ੍ਰਹਮਾ ਹੈ, ਕਰਤਾ ਵਾਹਿਗੁਰੂ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਗੁਰੂ ਜੀ ਕਹਿੰਦੇ ਚਾਰ ਚੁਫੇਰੇ ਬਣਾਉਣ ਵਾਲੇ ਵੀ ਤੁਸੀਂ ਅਤੇ ਚੁਗਿਰਦੇ ਦਾ ਖਾਤਮਾ ਕਰਨ ਵਾਲੇ ਵੀ ਤੁਸੀਂ। ਚਤਰ, ਚੱਕਰ,
ਦਾਨੇ ਦਾਨ, ਚਾਰ ਚੁਫੇਰੇ ਸਭ ਜੀਵਾਂ ਨੂੰ ਦਾਨ ਦੇਣ ਵਾਲਾ ਤੂੰ ਹੈ, ਕੋਈ ਕਿਸੇ ਨੂੰ ਨਹੀਂ ਦਿੰਦਾ, ਕਿਉਂਕਿ ਦੱਦਾ ਦਾਤਾ ਇੱਕ ਹੈ, ਜਗਤ ਭਿਖਾਰੀ ਫਿਰਤ ਹੈ। ਇਹ ਚਾਰ ਚੁਫੇਰੇ ਜਿੰਨੇ ਮੰਗਤਿਆਂ ਨੂੰ ਦਾਤਾਂ ਦਿੰਦੇ ਹੋ ਤੁਸੀਂ ਦੇ ਰਹੇ ਹੋ, ਤੁਹਾਡੇ ਤੋਂ ਬਿਨਾਂ ਕਿਸੇ ਨੇ ਕੀ ਦੇਣਾ ਹੈ। ਮਹਾਰਾਜ ਕਹਿੰਦੇ ਨੇ ਕਿ ਭਾਈ ਸਿੱਖੋ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਜੀਵ ਜਿੱਤੇ ਜਲ ਮੈਂ ਥਲ ਮੈਂ, ਜਿੰਨੇ ਜੀਵ ਨੇ ਸਾਰਿਆਂ ਨੂੰ ਰੋਜ਼ੀ ਤਾਂ ਉਹ ਹੀ ਦੇ ਰਿਹਾ ਨਾ ਜੀ। ਹਜ਼ੂਰ ਫਰਮਾ ਰਹੇ ਨੇ ਚਤਰ ਚੱਕਰ ਜਾਣੇ, ਜੇ ਦਾਨ ਦਿੰਦੇ ਹੋ ਨਾ ਤੇ ਚਾਰ ਚੁਫੇਰੇ ਜਿੰਨੇ ਜੀਵ ਨੇ ਸਭ ਦੇ ਦਿਲ ਦੀ ਤੁਸੀਂ ਜਾਣਦੇ ਹੋ, ਸਭ ਦਾ ਪਤਾ ਵੀ ਕਿਹੜਾ ਬੰਦਾ ਕਿੱਥੇ ਖਲੋਤਾ, ਕੀ ਇਹਦੇ ਮਨ 'ਚ ਹੈ। ਜਿੰਨਾ ਮਰਜ਼ੀ ਬੰਦਾ ਉੱਤੋਂ ਪੜਦੇ ਪੁੜਦੇ ਪਾਈ ਜਾਏ, ਮੈਂ ਕਹਿੰਦਾ ਉਹ ਕਿੰਨਾ ਕਿਰਪਾਲੂ ਹੈ। ਬੰਦੇ ਨੂੰ ਬੰਦੇ ਦੇ ਔਗਣ ਪਤਾ ਲੱਗ ਜਾਣ ਤੇ ਥਾਂ ਥਾਂ ਤੇ ਭੰਡਦਾ, ਆ ਗੁਰੂ ਕੋਲ ਆਈਦਾ, ਇਹਨੂੰ ਸਭ ਨੂੰ ਸਭ ਦਾ ਪਤਾ ਕਿਹੜਾ ਕਿਹੜਾ ਬੰਦਾ ਕਿਵੇਂ ਆ ਰਿਹਾ। ਉਹ ਕਿਸੇ ਚੋਰ ਕਰਨ ਵਾਲੇ ਨੂੰ ਵੀ ਦੱਸਦਾ ਜਿਹੜਾ ਮੱਥਾ ਟੇਕਦਾ ਬੜਾ ਕਪਟੀ ਆ, ਨਹੀਂ ਉਹ ਇੰਨਾ ਦਿਆਲੂ ਹੈ, ਸਭ ਬਾਰੇ ਜਾਣਦਾ, ਪਰ ਜਾਣ ਕੇ ਵੀ ਦੇਈ ਜਾਂਦਾ ਜੀ। ਓਏ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ, ਅਕਿਰਤ ਕਣਾਂ ਨੂੰ ਪਾਲਦਾ। ਸੱਚੀ ਜੀ, ਅਕਿਰਤਕਾਂ ਨੂੰ ਕੌਣ ਪਾਲਦਾ? ਅਕਿਰਤ ਕਣ ਕਹਿੰਦੇ ਆ ਵੀ ਅਕਿਰਤ ਕਣ ਸਭ ਤੋਂ ਮਾੜਾ, ਵਾਹਿਗੁਰੂ ਕਿੰਨਾ ਦਿਆਲੂ ਹੈ, ਅਕਿਰਤ ਕਣਾਂ ਨੂੰ ਵੀ ਪਾਲੀ ਜਾ ਰਿਹਾ ਹੈ। ਹਜ਼ੂਰ ਨੇ ਕਿਹਾ ਨਾ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਏ ਫਿਰ ਵੀ ਦਈ ਜਾਂਦੇ ਮੁੱਕਰ ਜਾਂਦੇ ਨੇ। ਇੱਥੇ ਮਹਾਰਾਜ ਕਹਿੰਦੇ ਨੇ ਸਭ ਨੂੰ ਜਾਣਦਾ, ਅੱਗੇ ਚੱਤਰ ਚੱਕਰ ਵਰਤੀ, ਇੱਥੇ ਵਰਤੀ ਦਾ ਅਰਥ ਕਰਾਂਗੇ ਜੀ ਮੌਜੂਦ ਰਹਿਣ ਵਾਲਾ, ਚਾਰ ਚਕੁੰਟਾਂ ਵਿੱਚ ਚਾਰੇ ਪਾਸੇ। ਮੈਂ ਅੱਗੇ ਅਰਥ ਕਰ ਦਿੰਦਾ, ਚੱਤਰ ਚੱਕਰ ਦੇ ਸਿੱਧੇ ਪਹਿਲੇ ਚੱਤਰ ਦਾ ਅਰਥ ਕੀਤਾ, ਚਾਰ ਚੱਕਰ ਦਾ ਅਰਥ ਕੀਤਾ ਦਿਸ਼ਾਵਾਂ, ਸਿੱਧੇ ਅਰਥ ਮੈਂ ਕਰੀ ਜਾ ਰਿਹਾ, ਚਾਰੇ ਦਿਸ਼ਾਵਾਂ ਵਰਤਣ ਵਾਲਾ ਤੁਸੀਂ ਹੋ। ਚੱਤਰ ਚੱਕਰ ਭਰਤੀ, ਭਰਤੀ ਦਾ ਅਰਥ ਹੈ ਪਾਲਣਾ ਕਰਨ ਵਾਲਾ, ਚਾਰ ਚੁਫੇਰੇ ਜਿੰਨੇ ਜੀਵ ਨੇ ਸਭ ਦੀ ਇਹਨਾਂ ਨੂੰ ਭਰਨ ਵਾਲੇ ਤੁਸੀਂ ਹੋ। ਚੱਤਰ ਚੱਕਰ ਪਾਲੇ, ਹੇ ਮੇਰੇ ਵਾਹਿਗੁਰੂ ਜੀ, ਚਾਰ ਚੁਫੇਰੇ ਜਿੰਨੇ ਜੀਵ ਨੇ ਸਭ ਦੀ ਰੱਖਿਆ ਕਰਨ ਵਾਲੇ ਤੁਸੀਂ, ਪਾਲਣ ਵਾਲੇ ਤੁਸੀਂ ਹੋ। ਚੱਤਰ ਚੱਕਰ ਕਾਲੇ, ਚਾਰ ਚੁਫੇਰੇ ਜਦੋਂ ਖਾਤਮਾ ਹੋਣਾ ਹੈ, ਇਹ ਖਾਤਮਾ ਵੀ ਤੁਸੀਂ ਕਰਨ ਵਾਲੇ ਹੋ। ਚੱਤਰ ਚੱਕਰ ਪਾਸੇ, ਪਾਸੇ ਦਾ ਅਰਥ ਹੁੰਦਾ ਵੱਲ ਤਰਫ, ਆਪਾਂ ਪੰਜਾਬੀ ਕਹਿੰਦਾ ਇਸ ਪਾਸੇ ਆ ਜਾ, ਉਸ ਪਾਸੇ ਹੋ ਜਾ, ਇਹ ਉਹ ਹੈ ਤਰਫ। ਚੱਤਰ ਚੱਕਰ ਪਾਸੇ, ਕਿਹੜੀ ਥਾਂ ਹੋਏ ਜਿੱਥੇ ਇਹ ਪਰਮਾਤਮਾ ਨਾ ਹੋਵੇ? ਹਜ਼ੂਰ ਕਹਿੰਦੇ ਚਾਰ ਚੁਫੇਰੇ ਤੁਸੀਂ ਹੋ। ਇਹੀ ਗੱਲ ਬਾਬਾ ਜੀ ਨੇ ਕਹੀ ਸੀ ਜੀਵਨ ਨੂੰ, ਉਹਨੇ ਲੱਤ ਚਾ ਮਾਰੀ, ਉਂਝ ਸੱਚੇ ਵੇ ਮੱਕਾ ਘੁੰਮਿਆ। ਹਾਂ, ਜੇ ਕਿਸੇ ਨੂੰ ਸ਼ੌਂਕ ਹੈ, ਤੁਹਾਡੇ ਇੱਥੇ ਉਦਣ ਲਾਈਆਂ ਸਨ ਕਿਤਾਬਾਂ, ਇੱਕ ਕਿਤਾਬ ਹੈ ਜ਼ਰੂਰ ਪੜ੍ਹਿਓ, ਉਹਦਾ ਨਾਮ ਹੈ ਗੁਰੂ ਨਾਨਕ ਦੀ ਬਗਦਾਦ ਫੇਰੀ। ਉਹ ਚਸ਼ਮਦੀਦ ਗਵਾਹ ਕਹਿੰਦਾ ਸਾਡੇ ਸਾਹਮਣੇ ਘੁੰਮਿਆ ਸੀ। ਇਹ ਕਿਤਾਬ ਕਿਸੇ ਆਮ ਰਾਈਟਰ ਨਹੀਂ, ਮੁਸਲਮਾਨ ਨੇ ਲਿਖੀ। ਮੈਂ ਫਿਰ ਬੇਨਤੀ ਕਰਾਂਗਾ ਕਿ ਕਿਹੜੀ ਥਾਂ ਜਿੱਥੇ ਨੇ ਜੀਵਨ ਨੇ ਲੱਤ ਮਾਰੀ, ਤੂੰ ਰੱਬ ਦੇ ਘਰ ਵੱਲ ਲੱਤਾਂ ਕਰਕੇ ਪਿਆ। ਹਜ਼ੂਰ ਨੇ ਕਿਹਾ ਉਹ ਜਿੱਧਰ ਨਹੀਂ ਰੱਬ ਦਾ ਘਰ ਉੱਧਰ ਲੱਤਾਂ ਕਰਦੇ। ਗੁਰਮਤਿ ਜਿਹੜੀ ਉਹ ਕਹਿੰਦੀ ਚਾਰ ਚੁਫੇਰੇ ਹਰ ਪਾਸੇ ਹੈ। ਹਜ਼ੂਰ ਕਹਿ ਰਹੇ ਨੇ ਚੱਤਰ ਚੱਕਰ ਪਾਸੇ, ਚੱਤਰ ਚੱਕਰ ਵਾਸੇ, ਸਾਰੀਆਂ ਥਾਵਾਂ ਹਰ ਪਾਸੇ ਤੁਸੀਂ, ਉਹ ਹਰ ਥਾਂ ਵਿੱਚ ਤੁਸੀਂ ਵੱਸ ਦੇਖੋ। ਅੱਗੇ ਜੀ ਸਾਰਿਆਂ 'ਚ ਵੱਸਦੇ ਆ। ਹਾਂ, ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੁੱਧ ਮੈਂ ਘੀਆ, ਲੱਕੜ ਭਾਵੇਂ ਕਨੇਡਾ 'ਚੋਂ ਲੈ ਜਾਓ, ਇੱਥੋਂ ਚੀਲ ਲੈ ਜਾਓ ਆਪਣੀ, ਉੱਥੇ ਕਿੱਕਰ ਜਾਂ ਟਾਹਲੀ ਵੱਲ ਲਿਓ, ਅੱਗ ਤਾਂ ਇੱਕੋ ਜਿਹੀ ਨਿਕਲਣੀ ਹੈ।
ਲੱਕੜ 'ਚ ਅੱਗ ਅੱਗ ਦੋ ਨਹੀਂ ਨਿਕਲਣੀਆਂ। ਕੱਲ੍ਹ ਵੀ ਮੈਂ ਬੇਨਤੀ ਸ਼ਾਇਦ ਇੱਥੇ ਦਿਨੇ ਕੀਤੀ ਸੀ, ਗਾਵਾਂ ਦੇ ਰੰਗ ਵੱਖਰੇ ਨੇ, ਦੁੱਧ ਥੋੜ੍ਹਾ ਵੱਖਰਾ। ਗਾਵਾਂ ਕਾਲੀਆਂ ਪੀਲੀਆਂ, ਭਾਈ ਸਾਹਿਬ ਨੇ ਕਿਹਾ ਗਾਈ ਰੰਗ ਬਰੰਗ ਬਹੁਤ, ਦੁੱਧ ਉੱਜਲ ਵਰਨਾ, ਰੰਗੀਆਂ ਬਰੰਗੀਆਂ ਗਾਵਾਂ ਥੋੜ੍ਹਾ। ਇਹ ਥੋੜ੍ਹਾ ਬੰਦਾ ਕਹੇ ਜੀ ਅੱਜ ਮੈਂ ਲਾਲ ਗਾਂ ਦਾ ਦੁੱਧ ਪੀਣਾ, ਲਾਲ ਦੁੱਧ, ਉਹ ਕਹਿੰਦੇ ਚਮੜੀ ਸਕਿਨ ਡੱਬੀ ਖੜੱਬੀ ਹੋ ਸਕਦੀ, ਦੁੱਧ ਡੱਬਾ ਖੜੱਬਾ ਨਹੀਂ ਹੋਣਾ। ਇਹ ਬਾਹਰ ਦਾ ਢਾਂਚਾ ਇਹੋ ਜਿਹਾ ਹੈ। ਗੁਰੂ ਜੀ ਕਹਿ ਰਿਹਾ ਚਾਰ ਚੁਫੇਰੇ ਤੁਹਾਡਾ ਵਾਸ ਆ, ਚਤਰ ਚੱਕਰ ਮਾਨਿਆ, ਚਾਰ ਚੁਫੇਰੇ ਤੈਨੂੰ ਮੰਨਿਆ ਜਾਂਦਾ। ਹਰ ਮੰਨਣ ਮੰਨਣ ਦੇ ਤਰੀਕੇ ਵੱਖਰੇ ਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅਲਾਏ। ਦਿਓਰਾ ਮਸੀਤ ਸੋਈ ਪੂਜਾ ਉਹ ਨਵਾਜ ਹੋਈ, ਮਨ ਸਭ ਏਕ ਪੈ ਅਨੇਕ ਕੋ ਪ੍ਰਭਾਉ ਹੈ, ਪਰ ਮੰਨਿਆ ਤਾਂ ਤੈਨੂੰ ਹੀ ਜਾਂਦਾ ਨਾ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਚਤਰ ਚੱਕਰ ਦਾਨਿਆ, ਚਾਰ ਚੁਫੇਰੇ ਦਾਨ ਦੇਣ ਵਾਲੇ, ਰਿਜ਼ਕ ਦੇਣ ਵਾਲੇ ਤੁਸੀਂ ਹੋ। ਇੱਕ ਛੰਦ ਸਿਰ ਹੋਰ ਕਰਾਂਗੇ ਜੀ ਅੱਗੇ। ਅੱਗੇ ਮਹਾਰਾਜ ਕਹਿੰਦੇ ਨਾ ਸੱਤਰ ਹੈ ਨਾ ਮਿੱਤਰ ਹੈ, ਇਹ ਚਾਚਰੀ ਛੰਦ ਹੈ। ਨਾ ਸੱਤਰ ਹੈ ਨਾ ਮਿੱਤਰ ਹੈ, ਨਾ ਪਰਮੰਗ ਨਾ ਪਿੱਤਰ ਹੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ। ਜੇ ਛੰਦ ਦੀ ਛਾਲ ਦੇਖੋ, ਨਾ ਸੱਤਰ ਇਕੱਠਾ ਹੋਣਾ ਹੈ ਕਿਉਂਕਿ ਅਜਨਮੰਗ ਆ ਗਿਆ। ਇੱਥੇ ਫਿਰ ਮੈਂ ਅਰਜ ਕਰਾਂਗਾ ਨਾ ਸੱਤਰ ਹੈ, ਸੱਤਰ ਦਰ ਤੇ ਸ਼ਤਰੂ ਦੁਸ਼ਮਨ, ਵਾਹਿਗੁਰੂ ਤੇਰਾ ਕੋਈ ਵੈਰੀ ਨਹੀਂ। ਉਹਦੇ ਨਾਲ ਵੈਰ ਬਰਾਬਰ ਦਾ ਕਮਾਊਗਾ ਨਾ। ਹਾਂ, ਇੱਕ ਦੋ ਬੰਦਾ ਯਤਨ ਕੀਤਾ, ਹਰਨਾਕਸ਼ ਬਣਿਆ, ਉਹਨੇ ਬਰਾਬਰਤਾ ਕੀਤੀ, ਸੱਚੀ ਮੁੱਚੀ ਉਹਦਾ ਨਾਲ ਕੋਈ ਵੈਰ ਨਹੀਂ ਕਮਾ ਸਕਦਾ। ਨਾ ਮਿੱਤਰ ਹੈ, ਸੱਚੀ ਤੇਰਾ ਮਿੱਤਰ ਵੀ ਕੋਈ ਨਹੀਂ। ਆਪਾਂ ਤਾਂ ਕਹਾਂਗੇ ਗੁਰੂ ਰੱਬ ਸਭ ਦਾ ਮਿੱਤਰ, ਮਿੱਤਰਤਾ ਵੀ ਬਰਾਬਰ ਦਾ ਚਾਹੀਦਾ ਨਾ। ਇਹਦਾ ਭਾਵ ਇਹ ਵੀ ਨਾ ਤੇਰੇ ਕੋਈ ਬਰਾਬਰ ਹੋ ਕੇ ਦੁਸ਼ਮਣੀ ਕਮਾ ਸਕਦਾ, ਨਾ ਤੇਰੇ ਬਰਾਬਰ ਹੋ ਕੇ ਕੋਈ ਮਿੱਤਰਤਾ ਕਮਾ ਸਕਦਾ। ਤੁਸੀਂ ਉੱਚੇ ਹੋ, ਨਾ ਸੱਤਰ ਹੈ ਨਾ ਮਿੱਤਰ ਹੈ ਨਾ ਭਰਮੰਗ, ਤੁਸੀਂ ਭਟਕਣਾ ਭੁਲੇਖੇ ਤੋਂ ਦੂਰ ਹੋ। ਤੁਹਾਨੂੰ ਕੋਈ ਭਟਕਣਾ ਨਹੀਂ, ਕੋਈ ਸੱਚੀ ਮੁੱਚੀ ਕੋਈ ਭੁਲੇਖਾ ਨਹੀਂ। ਅੱਗੇ ਨਾ ਪਿੱਤਰ ਹੈ, ਉਂਝ ਵੈਸੇ ਭੀਤ ਦਾ ਲਫ਼ਜ਼ ਹੀ ਅਰਥ ਕੰਧ ਹੁੰਦਾ ਜੀ। ਹਾਂਜੀ, ਇੱਥੇ ਪਿੱਤਰੈ ਦਾ ਅਰਥ ਕੀਤਾ ਜਾਏਗਾ ਦੁਚਿੱਤਾਪਣ। ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਹਾਡੇ ਅੰਦਰ ਕੋਈ ਭ੍ਰਾਂਤੀ ਭਾਵ ਕਹਿੰਦੇ ਇੱਕ ਸ਼ਬਦ, ਕੋਈ ਦੁਚਿੱਤਾਪਣ ਨਹੀਂ, ਕੋਈ ਵਾਹਿਗੁਰੂ ਦੇ ਅੰਦਰ ਭ੍ਰਾਂਤੀ ਨਹੀਂ ਹੈਗੀ। ਮਹਾਰਾਜ ਕਹਿੰਦੇ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਭਰਮੰਗ ਨਾ ਪਿੱਤਰ ਹੈ ਨਾ ਕਰਮੰਗ ਨਾ ਕਾਏ ਅਜਨਮੰਗ ਨਾ ਕਰਮੰਗ। ਤੁਹਾਨੂੰ ਕਿਸੇ ਕੰਮ ਦੀ ਲੋੜ ਨਹੀਂ, ਕਰਮਾਂ ਤੋਂ ਰਹਿਤ ਹੋ, ਨਾਲੇ ਤੁਸੀਂ ਕਰਮਾਂ ਦੇ ਅਧੀਨ ਥੋੜ੍ਹੋ ਹੋ। ਇਹ ਕਰਮ ਤਾਂ ਸਾਡੇ ਲਈ ਨੇ, ਇੱਥੋਂ ਤੱਕ ਗੁਰਮੁਖੋ ਬੰਦਗੀ ਵਾਲੇ ਉੱਤੇ ਵੀ ਕਰਮ ਨਹੀਂ ਢੁੱਕਦੇ ਹੁੰਦੇ, ਆਪਾਂ ਕਰਮਾਂ ਅਧੀਨ ਖਾਂ। ਜਨਮ ਮਰਨ ਦੂਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਕਰਮ ਹੀ ਜਨਮ ਦਿੰਦਾ, ਕਰਮ ਹੀ ਮੌਤ ਦਿੰਦਾ। ਕਰਮ ਵੀ ਤਿਨਕਾ ਲਾਤੀ, ਆਪਾਂ ਕਥਾ ਕੀਤੀ ਸੀ, ਕਰਮ ਵੱਡਾ ਕਿ ਕਿਰਪਾ ਵੱਡੀ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਕਿ ਜਿਹੜਾ ਕਰਮ ਅਧੀਨ, ਇਹ ਤਿੰਨ ਤਰ੍ਹਾਂ ਦੇ ਕਰਮ ਨੇ ਜੀ, ਇਸ ਪਰਾਲਬਧ ਕਰਮ, ਸੰਚਿਤ ਕਰਮ ਅਤੇ ਕਿਰਿਆਮਾਨ ਕਰਮ। ਇਹਨੇ ਥੋੜ੍ਹੇ ਅਰਥ ਇਉਂ ਕਰ ਲਈਏ, ਜਿਹੜਾ ਹੁਣ ਆਪਾਂ ਕਥਾ ਕਰ ਰਹੇ ਹਾਂ, ਮੈਂ ਬੋਲ ਰਿਹਾ, ਇਹ ਕਿਰਿਆਮਾਨ ਕਰਮ ਹੈ। ਆਪ ਜੀ ਸੁਣ ਰਹੇ ਹੋ, ਇਹ ਕਿਰਿਆਮਾਨ ਹੈ। ਜਦੋਂ ਇਹ ਤੋਂ ਹੁਣ ਮੈਂ ਜਿਹੜਾ ਬੋਲ ਚੁੱਕਾ ਨਾ ਵੀ ਕਿਰਿਆਮਾਨ ਕਰਮ ਹੈ, ਉਹ ਸੰਚਿਤ ਹੋ ਗਿਆ। ਫਿਰ ਅਰਜਨ ਨੂੰ ਸੌਖਾ ਹੋਰ ਸੌਖਾ ਸਮਝੀਏ, ਹੁਣ ਮੰਨ ਲਓ ਅਸੀਂ ਗੁਰਦੁਆਰੇ ਕਥਾ ਕੀਰਤਨ ਸੁਣ ਰਹੇ ਹਾਂ, ਬੈਠੇ ਹਾਂ, ਕਿਰਿਆਮਾਨ ਹੈ। ਜਦੋਂ ਇਸ ਦਰਵਾਜ਼ੇ ਤੋਂ ਬਾਹਰ ਜਾਣਾ, ਇਹ ਸੰਚਿਤ ਹੋ ਗਿਆ। ਇਹ ਹੀ ਸੰਚਿਤ ਜਿਹੜਾ ਪਰਾਲਬਧ ਬਣ ਜਾਂਦਾ, ਇਹ ਕੀਤਾ ਹੋਇਆ ਕਰਮ
ਜਿਹੜਾ ਸੰਚਿਤ ਹੋਇਆ ਜ਼ਿੰਦਗੀ 'ਚ ਕਿਤੇ ਧੋਖਾ ਮਿਲਣ ਲੱਗੇ ਇਹ ਪਰਾਲਬਧ ਬਣ ਕੇ ਬੰਦੇ ਨੂੰ ਬਚਾ ਜਾਂਦਾ ਹੈ। ਅੱਜ ਤਾਂ ਕਰਮ ਚੱਲਦੇ ਨੇ ਜੀ, ਫਿਰ ਅਰਜੇ ਆਪਾਂ ਕਹਿੰਦੇ ਪੂਰ ਕਿ ਚੰਗਾ ਕਰਮ ਅੱਗੇ ਆ ਗਿਆ, ਉਹ ਬਚ ਗਏ, ਉਹ ਪਰਾਲਬਧ ਬਣਿਆ। ਕਿਤੇ ਚੰਗਾ ਕਿਵੇਂ ਆ ਗਿਆ? ਕਿਉਂਕਿ ਕਿਰਿਆਮਾਨ ਸੰਚਿਤ ਬਣਦਾ, ਸੰਚਿਤ ਪਰਾਲਬਧ ਬਣਦਾ ਹੈ। ਪਰਾਲਬਧ ਚੰਗਾ ਹੋਵੇ ਤਾਂ ਕਿਰਿਆਮਾਨ ਫਿਰ ਚੰਗਾ ਬਣ ਜਾਂਦਾ। ਇਉਂ ਬ੍ਰਿਤ ਚੱਲਦਾ ਜੀ ਇਹਦਾ। ਇੱਥੇ ਹਜ਼ੂਰ ਕਹਿੰਦੇ ਤੇਰੇ ਲਈ ਕੁਝ ਨਹੀਂ, ਤੁਸੀਂ ਕੋਈ ਸੰਚਿਤ ਨਹੀਂ, ਕੋਈ ਪਰਾਲਬਧ ਨਹੀਂ, ਕਿਰਿਆਮਾਨ ਕੋਈ ਕਰਮ ਨਹੀਂ। ਅੱਗੇ ਗੁਰੂ ਜੀ ਕਹਿੰਦੇ ਨਾ ਕਾਏ, ਇੱਥੇ ਕਾਏ ਕਾਏ ਨਹੀਂ, ਅਰਥ ਹੋਰ ਹੋ ਜਾਣਗੇ। ਕਾਏ ਕਾਇਆ, ਤੁਹਾਡੀ ਕੋਈ ਕਾਇਆ ਨਹੀਂ, ਕੋਈ ਸਰੀਰ ਨਹੀਂ। ਅੱਗੇ ਹੈ ਅਜਨਮੰਗ, ਤੁਸੀਂ ਜਨਮ ਤੋਂ ਰਹਿਤ ਹੋ। ਅਤੇ ਅਗਲਾ ਸ਼ਬਦ ਹੈ ਅਜਾਏ, ਜਾਏ ਦਾ ਲਫਜ਼ੀ ਅਰਥ ਹੁੰਦਾ ਜਾਣਾ, ਅਤੇ ਜਾਏ ਦਾ ਅਰਥ ਜੰਮਣਾ। ਜਾਏ ਦਾ ਅਰਥ ਇਸਤਰੀ ਵੀ ਹੁੰਦਾ ਜੀ, ਇਹਦਾ ਅਰਥ ਹੋ ਗਿਆ ਅਜਾਏ। ਵਾਹਿਗੁਰੂ ਜੀ, ਤੁਸੀਂ ਕਿਹੜੇ ਇਸਤਰੀ ਲਈ ਪੈਦਾ ਹੋਏ ਹੋ ਜਿਹੜੇ ਕਰਮਾਂ ਦੇ ਬੱਧੇ ਆਏ ਹੋ? ਕਰਮ ਤਾਂ ਜੰਮਣ ਮਰਨ ਵਾਲਿਆਂ ਦੇ ਨੇ, ਤੁਹਾਡੇ 'ਤੇ ਕੋਈ ਕਰਮ ਨਹੀਂ ਲਾਗੂ ਹੁੰਦਾ। ਨਾ ਚਿੱਤਰੈ, ਚਿੱਤਰ ਦਾ ਅਰਥ ਤਸਵੀਰ, ਫੋਟੋ। ਵਾਹਿਗੁਰੂ ਤੇਰੀ ਤਸਵੀਰ ਨਹੀਂ ਕਿਸੇ ਬਣਾ ਸਕੀ। ਕਦੀ ਰੱਬ ਦੀ ਤਸਵੀਰ ਵੇਖੀਏ ਜੀ? ਨਹੀਂ ਬਣਦੀ ਨਾ। ਮੈਨੂੰ ਇਹ ਗੱਲ ਬੜੀ ਸੋਹਣੀ ਯਾਦ ਆਈ, ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਇੱਕ ਕਿਤਾਬ ਹੈ ਖੁੱਲ੍ਹੇ ਲੇਖ, ਖੁੱਲ੍ਹੇ ਮੈਦਾਨ ਖੁੱਲ੍ਹੇ ਲੇਖ। ਇਹ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਅਤੇ ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਮੈਂ ਫਿਰ ਲਫ਼ਜ਼ ਵਰਤਣ ਲੱਗਾ, ਪ੍ਰੋਫੈਸਰ ਸ਼ਬਦ ਸੁਣ ਕੇ ਤਾਵਲੇ ਨਾ ਹੋਇਓ, ਕਿਉਂਕਿ ਸਮੇਂ ਨਾਲ ਇਹ ਸ਼ਬਦ ਬਹੁਤ ਕੁਝ ਕਰ ਗਿਆ। ਪ੍ਰੋਫੈਸਰ ਪੂਰਨ ਸਿੰਘ ਅਧਿਆਤਮਕਵਾਦੀ ਸਨ, ਕੱਲ੍ਹ ਪਰਸੋਂ ਮੈਂ ਅਰਜ਼ ਕੀਤੀ ਬੰਦਗੀ ਵਾਲੇ ਸਨ। ਉਹਨੇ ਇੱਕ ਕਿਤਾਬ ਲਿਖੀ, ਉਹ 'ਚ ਲਿਖਦਾ ਕਲਗੀ ਵਾਲੇ ਦੀ ਛਬੀ। ਛਬੀ ਦਾ ਅਰਥ ਸਵਰੂਪ, ਚਿਹਰਾ। ਉਹ ਕਹਿੰਦਾ ਮੇਰੇ ਮਨ 'ਚ ਆਇਆ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਤਸਵੀਰ ਬਣਾਵਾਂਗਾ। ਕਹਿੰਦਾ ਮੈਂ ਰੰਗਾਂ ਦਾ ਡੱਬਾ ਚੁੱਕਿਆ, ਕਿਹਨੂੰ ਪੁੱਛਾਂ ਜੀ? ਕਹਿੰਦਾ ਮੈਂ ਸਤਲੁਜ ਕੋਲ ਚਲਾ ਗਿਆ, ਵੀ ਇਹ ਤਾਂ ਬੜੀ ਦੇਰ ਦਾ ਵਗਦਾ, ਜਦੋਂ ਮਹਾਰਾਜ ਆਰ ਪਰ ਹੁੰਦੇ ਸਨ, ਜਦੋਂ ਰਤਨ ਰਾਏ ਆਇਆ ਸੀ ਸ਼ਾਮ ਦਾ ਰਾਜਾ ਘੋੜੇ ਸ਼ਸਤਰ ਲੈ ਕੇ, ਅਤੇ ਮਹਾਰਾਜ ਉਹਦੇ ਨਾਲ ਖੇਡਦੇ ਸਨ ਇਹਦੇ ਕਿਨਾਰੇ, ਜਲ ਕ੍ਰੀੜਾ ਕਰਦੇ ਸਨ। ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਕਿਹੋ ਜਿਹੇ ਸਨ, ਤੈਨੂੰ ਪਤਾ ਹੈ ਨਾ, ਤੂੰ ਤਾਂ ਸੁੱਕਿਆ ਹੀ ਨਹੀਂ ਉਦਣ ਦਾ। ਕਹਿੰਦਾ ਮੈਂ ਤਸਵੀਰ ਬਣਾਈ ਪੁੱਛ ਪੁਛਾ ਕੇ, ਅਤੇ ਸਾਰਾ ਦਿਨ ਬਣਾ ਕੇ ਮੈਂ ਜਲ ਪ੍ਰਵਾਹ ਕਰਤੀ, ਨਹੀਂ ਇਹ ਅਕਾਲ ਦੇ ਸੁੱਧ ਦੀ ਫੋਟੋ ਨਹੀਂ ਹੋ ਸਕਦੀ। ਕਹਿੰਦਾ ਦੂਜੇ ਦਿਨ ਬਣਾਈ, ਅਤੇ ਕਹਿੰਦਾ ਸਤਲੁਜ ਨੂੰ ਪੁੱਛਾਂ, ਬੋਲਦੀ ਕੋਈ ਨਹੀਂ, ਤੁਰਿਆ ਜਾਂਦਾ ਬਸ। ਮੇਰੇ ਮਨ 'ਚ ਆ ਚਲ ਪੌਂਟੇ ਦੀ ਜਮਨਾ ਤੋਂ ਪੁੱਛਣੇ, ਉਹ ਵੀ ਮਹਾਰਾਜ ਦਰਿਆ ਦੇ ਕੰਢੇ। ਕਹਿੰਦਾ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਦੋਂ ਕਵੀ ਦਰਬਾਰ ਹੋਇਆ ਅਤੇ ਅਕਾਲ ਦੀ ਉਸ ਤੋਂ ਜਦੋਂ ਤੂੰ ਹੀ ਦਾ ਅਲਾਪ ਲਾਇਆ, ਅਤੇ ਉਸ ਅਲਾਪ ਨੇ ਤੇਰੇ ਪਾਣੀ ਨੂੰ ਵੀ ਸ਼ਾਂਤ ਕਰ ਦਿੱਤਾ, ਜਦੋਂ ਤੂੰ ਹੀ ਨੇ ਤੈਨੂੰ ਸ਼ਾਂਤ ਕੀਤਾ, ਉਦੋਂ ਮੁੱਖ ਕਿਹੋ ਜਿਹਾ ਸੀ ਗੁਰੂ ਗੋਬਿੰਦ ਸਿੰਘ ਦਾ? ਉਹ ਕਹਿੰਦਾ ਵੀ ਜਮਨਾ ਵੀ ਚੁੱਪ, ਅਡਾਰੀ ਦੁੱਖ ਉਹਦੀ। ਕਹਿੰਦਾ ਫਿਰ ਮੇਰੇ ਮਨ 'ਚ ਚੱਲ ਪਟਨਾ ਸਾਹਿਬ ਜਾਂਦੇ ਹਾਂ, ਗੰਗਾ ਦੇ ਕਿਨਾਰੇ ਵੀ ਖੇਡਦੇ ਸਾਂ, ਸਾਰੇ ਦਰਿਆ ਗਿਣੀ ਗਿਆ। ਕਹਿੰਦਾ ਮੈਂ ਜਾ ਕੇ ਗੰਗਾ ਨੂੰ ਪੁੱਛਿਆ, ਤੂੰ ਤਾਂ ਤੜਫਦੀ ਸਾਂ ਇੱਕ ਦਿਨ, ਕਿਉਂਕਿ ਇੱਕ ਵਾਰੀ ਮਹਾਰਾਜ ਬੇੜੀ 'ਚ ਗਏ ਨਾ ਜੀ, ਹੁਣ ਗੰਗਾ ਦੂਰ ਚਲੀ ਗਈ ਹੈ, ਪਹਿਲਾਂ ਕੰਗਣ ਘਾਟ ਬਿਲਕੁਲ ਨੇੜੇ, ਉਹ ਇੰਨਾ ਉਫਾਨ ਉੱਠਿਆ ਪਾਣੀ 'ਚ, ਅਤੇ ਮਹਾਰਾਜ ਨਾ ਆਪਣੇ ਚਰਨਾਂ ਦੀ ਜੋੜਾ ਲਾ ਕੇ ਆਪਣੀ ਤਲੀ ਗੰਗਾ ਦੇ ਪਾਣੀ ਛੁਹਾਈ, ਉਹ ਸ਼ਾਂਤ ਹੋ ਗਈ। ਕਹਿੰਦਾ ਮੈਂ ਪੁੱਛਣਾ ਸੀ ਮਹਾਰਾਜ ਆਪ ਕੈਸੇ, ਉਹ ਕੈਸੇ ਸਨ ਬਾਲ ਉਮਰ 'ਚ? ਕਹਿੰਦਾ ਗੰਗਾ ਵੀ ਨਹੀਂ ਬੋਲੀ। ਮਨ ਨੇ ਕਿਹਾ ਚੱਲ ਗੋਦਾਵਰੀ ਨੂੰ ਪੁੱਛਣੇ, ਉਹਦੇ 'ਤੇ ਕੰਗਣ, ਇੱਥੇ ਕੰਗਣ ਸੱਟੇ ਸਨ, ਉੱਥੇ ਹੀਰਾ ਸੱਟਿਆ ਸੀ, ਇੱਕ ਨਗੀਨਾ ਸੱਟਿਆ, ਦੋ ਗੁਰਦੁਆਰੇ ਨਾ ਹਜ਼ੂਰ ਸਾਹਿਬ, ਇੱਕ ਹੀਰਾ ਘਾਟ ਇੱਕ ਨਗੀਨਾ ਘਾਟ।
ਹੀਰਾ ਬਾਦਸ਼ਾਹ ਨੇ ਭੇਟ ਕੀਤਾ ਸੀ, ਨਗੀਨਾ ਬਣਜਾਰੇ ਸਿੱਖ ਨੇ ਭੇਟ ਕੀਤਾ ਸੀ। ਕਹਿੰਦਾ ਮੈਂ ਦੋਵਾਂ ਨੂੰ ਪੁੱਛਿਆ ਕਿ ਜਦੋਂ ਹੀਰਾ ਸੱਟਿਆ ਗੁਰੂ ਗੋਬਿੰਦ ਸਿੰਘ ਦਾ ਤੇਜ ਕੀ ਹੋ ਗਿਆ ਸੀ ਜਿਹਨੂੰ ਦੇਖ ਕੇ ਬਹਾਦਰ ਸ਼ਾਹ ਕੰਬ ਗਿਆ, ਜਦੋਂ ਨਗੀਨਾ ਸੱਟਿਆ ਕਹਿਣ ਲੱਗੇ ਗਦਾਵਰੀ ਵੀ ਚੁੱਪ ਸੀ ਅਤੇ ਆਵਾਜ਼ ਆਈ ਕਿੰਨਾ ਤੋਂ ਪੁੱਛਣਾ ਪਿਆ ਫੋਟੋ ਬਣਾਉਣੀ, ਇਹਨਾਂ ਨੂੰ ਛੂਹ ਮਿਲ ਗਈ, ਜਿਹਨਾਂ ਨੂੰ ਛੂਹ ਮਿਲ ਜਾਏ ਉਹ ਬੋਲਣ ਜੋਗੇ ਨਹੀਂ ਰਹਿੰਦੇ, ਤੂੰ ਕੀ ਬੁਲਾਉਣਾ ਇਹਨਾਂ ਨੂੰ, ਇਹ ਬੋਲਣਗੇ? ਜੇ ਪੁੱਛਣਾ ਹੀ ਤਾਂ ਜਾ ਤਖ਼ਤ 'ਤੇ ਚਲਾ ਜਾ, ਉੱਥੇ ਉਹ ਬੈਠਾ ਜਿਹਨੂੰ ਗੁਰੂ ਗੋਬਿੰਦ ਸਿੰਘ ਮੱਥਾ ਟੇਕ ਗਿਆ ਹੈ। ਵੇਖ ਉਸ ਬੰਦੇ ਦੀ ਉਡਾਰੀ ਕੈਸੀ। ਕਹਿੰਦਾ ਉਹਨੂੰ ਪੁੱਛ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ। ਕਹਿੰਦਾ ਮੈਂ ਰੰਗਾ ਦਾ ਡੱਬਾ ਚੁੱਕ ਕੇ ਮਾਰਿਆ ਪਾਣੀ 'ਚ ਅਤੇ ਇੱਕੋ ਗੱਲ ਕਹੀ, ਅਕਾਲ ਦੀ ਸੁੱਤ ਦੀਆਂ ਫੋਟੋਆਂ ਕਾਲ ਵਿੱਚ ਰਹਿਣ ਵਾਲੇ ਨਹੀਂ ਬਣਾ ਸਕਦੇ। ਸ਼ਬਦ ਬੜੇ ਡੂੰਘੇ ਕਹਿ ਗਿਆ, ਅਕਾਲ ਦੀ ਫੋਟੋ। ਕਹਿੰਦਾ ਮੈਂ ਪੁੱਛਿਆ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੇ ਸੀਨੇ 'ਚੋਂ ਆਵਾਜ਼ ਦਿੱਤੀ, ਉਹ ਭਾਈ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਸੰਤ ਖਾਲਸੇ ਦੇ ਹਿਰਦੇ 'ਤੇ ਬਣਦੀਆਂ ਨੇ, ਕਾਗਜ਼ਾਂ ਨਹੀਂ ਬਣਦੀਆਂ, ਉਹਦੀਆਂ ਫੋਟੋਆਂ ਥਾਂ ਥਾਂ ਹੁੰਦੀਆਂ ਨੇ। ਕਹਿੰਦਾ ਫਿਰ ਨੰਦ ਲਾਲ ਜੀ ਦੀ ਆਵਾਜ਼ ਆਈ, ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਨਿਸਰ ਪੌਰ, ਜਿਹੜਾ ਬਾਣੀ 'ਚ ਰਤਿਆ ਉਹ ਮੇਰੀ ਫੋਟੋ ਹੈ। ਮੈਂ ਫਿਰ ਬੇਨਤੀ ਕਰਾਂ, ਵੇਖੋ ਗੱਲ ਕੈਸੇ ਕਮਾਲ ਦੀ ਕਰ ਗਏ, ਬਜਾਏ ਕਿ ਆ ਗਾਲਾਂ ਗੁਲਾਂ ਕੱਢਣ ਦੇ ਫੋਟੋ ਨਾ ਬਣਾਓ ਆ ਨਾ ਕਰੋ, ਉਹਨੇ ਇੰਨੇ ਕਮਾਲ ਦੀ ਗੱਲ ਕੀਤੀ, ਤਰਕ ਹੀ ਨਹੀਂ ਕਰ ਸਕਦਾ ਕੋਈ। ਅਤੇ ਮਹਾਰਾਜ ਕਹਿੰਦੇ ਰੱਬ ਦੀ ਫੋਟੋ ਕੌਣ ਬਣਾਏਗਾ ਜੀ? ਹਜ਼ੂਰ ਨੇ ਫਰਮਾਇਆ ਕਿ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਹੈ ਨਾ ਚਿੱਤਰ ਹੈ, ਹਾਂ ਸਾਰੇ ਚਿੱਤਰ ਉਹਨੇ ਬਣਾਏ ਨੇ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਐਹਾ ਬਥੇਰਾ, ਤਜ ਚਿੱਤਰ ਹੈ ਚਿੱਤ ਰਾਖ ਚਤੇਰਾ, ਚਤੇਰੇ ਦਾ ਚਿੱਤਰ ਨਹੀਂ ਕਿਸੇ ਬਣਾ ਸਕਣਾ। ਉਹ ਪਾਰ ਬ੍ਰਹਮ ਪਰਮੇਸ਼ਵਰ ਨਾ ਚਿੱਤਰ ਹੈ ਨਾ ਮਿੱਤਰ ਹੈ, ਉਹਦਾ ਕੋਈ ਮਿੱਤਰ ਨਹੀਂ। ਮਿੱਤਰਤਾ ਲਈ ਮੈਂ ਫਿਰ ਅਰਜ਼ ਕੀਤੀ, ਬਰਾਬਰਤਾ ਚਾਹੀਦੀ ਹੈ। ਅੱਗੇ ਗੁਰੂ ਜੀ ਕਹਿੰਦੇ ਨੇ ਭਾਈ ਕਿ ਯਾਦ ਰੱਖੀ ਪਰੇ ਹੈ, ਉਹ ਸੱਚੀ ਮੁੱਚੀ ਜੀ ਜੀਵਾਂ ਤੋਂ ਪਰੇ, ਪਰੇ ਦਾ ਅਰਥ ਨਰਲੇਪ ਹੈ, ਪਰੇ ਦਾ ਅਰਥ ਅੱਗੇ ਹੁਣ ਪੜ੍ਹ ਕੇ ਆਇਆ ਚੱਤਰ ਚੱਕਰ ਪਾਸੇ ਤੇ ਪਰੇ, ਅੱਗੇ ਦਾ ਅਰਥ ਹੈ ਜ਼ਰੂਰ ਪਰ ਇਹ ਸਾਡੀ ਤਰ੍ਹਾਂ ਲੁਪਤ ਨਹੀਂ, ਨਰਲੇਪ ਹੈ। ਅੱਗੇ ਗੁਰੂ ਜੀ ਕਹਿੰਦੇ ਆ ਪਵਿੱਤਰ ਹੈ, ਗੁਰਮੁਖੋ ਇੰਨਾ ਸ਼ੁੱਧ ਹੈ, ਇੰਨਾ ਪਵਿੱਤਰ ਵਿੱਚ ਮੈਲ ਹੈ ਹੀ ਕੋਈ ਨਹੀਂ, ਬਿਲਕੁਲ ਨਿਰਬਲ। ਹਜ਼ੂਰ ਨੇ ਬਚਨ ਕੀਤਾ, ਅੱਗੇ ਹੈ ਪ੍ਰਥੀਸ ਹੈ, ਇਹ ਦੋ ਸ਼ਬਦ ਨੇ ਜੀ, ਪ੍ਰਿਥੀ ਪਲੱਸ ਈਸ, ਈਸ ਦਾ ਅਰਥ ਮਾਲਕ, ਸ਼ਬਦ ਬਣਾ ਦਿੱਤਾ ਪ੍ਰਥੀਸ ਹੈ, ਪ੍ਰਿਥਵੀ ਦਾ ਮਾਲਕ ਉਹ ਆਪ ਹੈ, ਪ੍ਰਥੀਸ ਹੈ, ਸਮਝ ਗਏ ਨਾ, ਪ੍ਰਿਥਵੀ, ਪ੍ਰਿਥੀ ਬਾਰੇ ਨੇ ਇੱਥੇ ਸ਼ਬਦ ਵਰਤਿਆ, ਪ੍ਰਿਥੀ ਪਲੱਸ ਈਸ, ਪ੍ਰਿਥਵੀ ਦਾ ਮਾਲਕ। ਅੱਗੇ ਜੀ ਆਦੀਸ ਹੈ, ਇਹ ਸ਼ਬਦ ਸੁਣਿਓ, ਆਦ ਈਸ਼ਵਰ ਈਸ ਹੈ, ਆਦੀਸ ਹੈ ਇਹਦਾ ਅਰਥ ਹੋ ਗਿਆ ਉਹ ਸਭ ਦਾ ਮੁੱਢ ਹੈ, ਸਭ ਦਾ ਮਾਲਕ ਹੈ। ਅਦ੍ਰਿਸ਼ ਹੈ, ਦ੍ਰਿਸ਼ ਹੈ ਦਾ ਅਰਥ ਦੇਖਣਾ, ਅਤੇ ਐੜਾ ਗੇਤਰ ਲੱਗਾ ਅਦ੍ਰਿਸ਼ ਹੈ, ਉਹ ਦਿਸਣ ਵਾਲਾ ਨਹੀਂ। ਅੱਗੇ ਅਕ੍ਰਿਸ਼ ਹੈ, ਇਹ ਵਾਹਿਗੁਰੂ ਜੀ ਸ਼ਬਦ ਵਰਤਦੇ ਆ, ਅਦ੍ਰਿਸ਼ ਹੈ ਅਕ੍ਰਿਸ਼ ਹੈ, ਅਕ੍ਰਿਸ਼ ਹੈ ਉਦਨ ਮੈਂ ਅਰਥ ਕੀਤਾ ਸੀ, ਇੱਕ ਕ੍ਰਿਸ਼ ਦਾ ਅਰਥ ਹੁੰਦਾ ਖਿੱਚਣਾ, ਹਾਂਜੀ ਕ੍ਰਿਸ਼, ਇੱਥੇ ਕ੍ਰਿਸ਼ ਦਾ ਅਰਥ ਕਮਜ਼ੋਰ ਲਿੱਸਾ ਹੋ ਜਾਣਾ, ਅਕ੍ਰਿਸ਼ ਦਾ ਅਰਥ ਹੈ ਉਹ ਕਦੀ ਲਿੱਸਾ ਹੋਣ ਵਾਲਾ ਨਹੀਂ, ਉਹਨੇ ਕਦੀ ਕਮਜ਼ੋਰ ਨਹੀਂ ਹੋਣਾ। ਕਮਜ਼ੋਰ ਉਹ ਹੁੰਦੇ ਨੇ ਜਿਹੜੇ ਸਮੇਂ ਅਧੀਨ ਹੁੰਦੇ ਆ,